ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਹਟ ਕੇ ਆਮ ਤੌਰ ਦੇ ਉੱਤੇ ਪਹਿਲੇ ਅਸੀਂ ਸੁਰਖੀਆਂ ਦੀ ਗੱਲ ਕਰਦੇ ਸੀ, ਪਰ ਅੱਜ ਕਿਸੇ ਖਾਸ ਵਜ੍ਹਾ ਕਰਕੇ ਪਹਿਲਾਂ ਅਸੀਂ ਆਪਣੇ ਖਾਸ ਖਸੂਸੀ ਮਹਿਮਾਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਬਹੁਤ ਹੀ ਇੱਕ ਮਹੱਤਵਪੂਰਨ ਮੁੱਦਾ ਹੈ, ਉਹ ਹੈ ਕੇਂਦਰ ਦੀ ਕੈਬਿਨਟ ਨੇ, ਭਾਰਤ ਸਰਕਾਰ ਦੀ ਵਜ਼ਾਰਤ ਨੇ ਇੱਕ ਕਮਿਊਨਲ ਵਾਇਲੈਂਸ ਬਿੱਲ, ਐਂਟੀ ਕਮਿਊਨਲ ਵਾਇਲੈਂਸ ਬਿੱਲ, ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਜਿਹੜਾ ਉਹ ਬਣਨ ਜਾ ਰਿਹਾ ਹੈ। ਪਰ ਇਸਨੇ ਫਿਰਕਿਆਂ ਦੇ ਵਿੱਚ ਫਿਰ ਵੰਡ ਪੈਦਾ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ, ਸਮਾਜਵਾਦੀ ਪਾਰਟੀ ਨੇ ਔਰ ਹੋਰ ਕਈ ਪਾਰਟੀਆਂ ਨੇ ਇਸ ਦਾ ਬਹੁਤ ਵਿਰੋਧ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ ਅਮਨ ਅਮਾਨ ਕਾਇਮ ਰੱਖਣ ਲਈ, ਫਿਰਕਾ ਪ੍ਰਸਤ ਫਿਰਕਾਦਾਰਾਨਾ ਦੰਗਿਆਂ ਨੂੰ, ਸੰਪਰਦਾਇਕ ਦੰਗਿਆਂ ਨੂੰ ਰੋਕਣ ਵਿੱਚ ਮਦਦ ਕਰੇਗਾ। ਪਰ ਦੂਸਰੇ ਪਾਸੇ ਹਿੰਦੂਵਾਦੀ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ ਕਿ ਇਹ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਦੇ ਲਈ ਇਹ ਕੀਤਾ ਗਿਆ। ਔਰ ਦੂਸਰੇ ਪਾਸੇ ਸਮਾਜਵਾਦੀ ਪਾਰਟੀ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਹਮਲਾ ਹੈ ਔਰ ਫੈਡਰਲਿਜ਼ਮ ਦੇ ਉੱਤੇ ਇੱਕ ਹਮਲਾ। ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਹੀ ਗੰਭੀਰ ਸੁਰਖੀਆਂ ਹਨ ਜੋ ਤਾਜ਼ਾ ਹਾਲਤ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਭੁੱਖ ਹੜਤਾਲ ਦੇ ਉੱਤੇ, ਉਸ ਦੇ ਬਾਰੇ ਗੱਲ ਕਰਾਂਗੇ। ਔਰ ਹੋਰ ਵੀ ਦੋ ਚਾਰ ਸੁਰਖੀਆਂ ਹਨ ਜਿਨ੍ਹਾਂ ਦੇ ਉੱਤੇ ਅਸੀਂ ਬਹੁਤ ਸੰਖੇਪ ਦੇ ਵਿੱਚ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ, ਅਸੀਂ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਹੜੇ ਐਡੀਟਰ ਨਵਾਂ ਜ਼ਮਾਨਾ ਹਨ ਔਰ ਪੱਤਰਕਾਰੀ ਦੇ ਥੰਮ ਮੰਨੇ ਜਾਂਦੇ ਹਨ ਔਰ ਜਿਨ੍ਹਾਂ ਦਾ ਵਿਸ਼ਲੇਸ਼ਣ ਆਪਣੇ ਆਪ ਦੇ ਵਿੱਚ ਕਿਸੇ ਵਿਆਖਿਆ ਦਾ ਮੁਤਾਜ ਨਹੀਂ, ਉਹਨਾਂ ਦੇ ਨਾਲ ਇਸ ਐਂਟੀ ਕਮਿਊਨਲ ਵਾਇਲੈਂਸ ਬਿੱਲ, ਇਹ ਹੈ ਕੀ ਚੀਜ਼ ਹੈ ਔਰ ਘੱਟ ਗਿਣਤੀਆਂ ਲਈ ਇਹ ਕਿੰਨਾ ਕੁ ਮਦਦਗਾਰ ਹੋਏਗਾ ਜਾਂ ਕੀ ਇਹ ਵੀ ਇੱਕ ਨਵਾਂ ਸ਼ੋਸ਼ਾ ਹੀ ਹੈ। ਜਤਿੰਦਰ ਪੰਨੂ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਨਾਲ ਸਾਡਾ ਸੰਪਰਕ ਹੋਇਆ। ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਨੂੰ ਜੀ ਆਇਆਂ ਨਿੱਘਾ ਸਵਾਗਤ ਹੈ ਔਰ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਜੀ ਜੀ ਪੰਨੂ ਸਾਹਿਬ, ਤੁਸੀਂ ਜਿਹੜੀ ਤੁਹਾਨੂੰ ਅਸੀਂ ਤਕਲੀਫ ਦਿੱਤੀ ਹੈ, ਇਹ ਜਿਹੜਾ ਐਂਟੀ ਕਮਿਊਨਲ ਵਾਇਲੈਂਸ ਬਿੱਲ, ਇਹ ਜਿਹੜਾ ਭਾਰਤ ਸਰਕਾਰ ਦੀ ਕੈਬਿਨਟ ਨੇ ਮਨਜ਼ੂਰੀ ਦੇ ਦਿੱਤੀ ਹੈ, ਪਰ ਇਸ ਬਿੱਲ ਨੇ ਫਿਰ ਫਿਰਕੇਦਾਰਾਨਾ ਏਕਤਾ ਕਰਨ ਦੀ ਬਜਾਏ ਇਹਨਾਂ ਨੂੰ ਆਪਸ ਵਿੱਚ ਫਿਰਕਿਆਂ 'ਚ ਵੰਡ ਦਿੱਤਾ ਹੈ। ਖਾਸ ਕਰਕੇ ਹਿੰਦੂਵਾਦੀ ਸੰਗਠਨ ਇਸ ਦਾ ਬਹੁਤ ਸਖਤ ਵਿਰੋਧ ਕਰ ਰਹੇ ਹੈ, ਭਾਰਤੀ ਜਨਤਾ ਪਾਰਟੀ ਔਰ ਸ਼ਿਵ ਸੈਨਾ। ਇਹ ਬਿੱਲ ਹੈ ਕੀ ਚੀਜ਼ ਹੈ ਔਰ ਇਸ ਦਾ ਮਕਸਦ ਕੀ ਹੈ ਅਤੇ ਕੀ ਇਹ ਮਕਸਦ ਵਿੱਚ ਕਾਮਯਾਬ ਹੋਏਗਾ? ਇਹਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਹਿੰਦੁਸਤਾਨ ਦੇ ਵਿੱਚ ਫਿਰਕੂ ਦੰਗੇ ਬਹੁਤ ਵਾਰੀ ਹੋਏ ਨੇ ਜੀ। ਜਦੋਂ ਵੀ ਦੰਗੇ ਹੁੰਦੇ ਆ, ਆਮ ਤੌਰ 'ਤੇ ਜਿਹੜਾ ਸਮਰੱਥਾਵਾਨ ਆ ਉਹਦਾ ਨੁਕਸਾਨ ਘੱਟ ਹੁੰਦਾ ਅਤੇ ਦੂਸਰੀ ਧਿਰ ਦਾ ਵੱਧ ਹੁੰਦਾ ਜੀ। ਜਿਹੜੀ ਮਾੜੀ ਧਿਰ ਆ ਉਹਨੂੰ ਘੁੱਟ ਪੈਂਦੀ, ਨੁਕਸਾਨ ਉਸੇ ਦਾ ਹੁੰਦਾ ਜੀ। ਜੇ ਦਿੱਲੀ ਵਿੱਚ ਦੰਗੇ ਹੋਣ, ਉੱਥੇ ਸਿੱਖ ਘੱਟ ਗਿਣਤੀ ਸੀ, ਉਹਨਾਂ ਨੂੰ ਘੁੱਟ ਪੈ ਗਈ। ਉਹਦੇ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਅਤੇ ਹੋਰ ਇਲਾਕਿਆਂ 'ਚ ਮੁਸਲਮਾਨਾਂ ਨੂੰ ਵੀ ਘੁੱਟ ਪੈਂਦੀ ਰਹੀ ਸੀ ਜੀ। ਫਿਰ ਅਲੀਗੜ੍ਹ ਜਮਸ਼ੇਦਪੁਰ ਦੇ ਦੰਗਿਆਂ ਵਿੱਚ ਕਈ ਵਾਰ ਮੁਸਲਮਾਨ ਨੂੰ ਘੁੱਟ ਪਈ ਸੀ, ਤੇ ਗੁਜਰਾਤ ਵਾਲਾ ਦੰਗਾ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਨੇ ਗਿਣਵਿਸ ਕੇ ਕਰਵਾਇਆ ਸੀ ਜੀ, ਉਹਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਸੀ, ਸਾਰਿਆਂ ਨੂੰ ਪਤਾ ਸੀ ਜੀ ਜੀ। ਉੱਥੇ ਇੱਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਨੂੰ ਤੇ ਸਾਰੀ ਸਟੇਟ ਮਸ਼ੀਨਰੀ ਨੂੰ ਆਖਿਆ ਗਿਆ ਜੀ ਕਿ ਤੁਸੀਂ ਜੋ ਕਰਨਾ ਕਰ ਲਓ। ਇਹਦੇ ਤੋਂ ਬਾਅਦ ਬੜੇ ਚਿਰ ਦੀ ਮੰਗ ਉੱਠਦੀ ਸੀ ਕਿ ਫਿਰਕੂ ਹਿੰਸਾ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਬਿੱਲ ਆਉਣਾ ਚਾਹੀਦਾ, ਕੋਈ ਕਾਨੂੰਨ ਪਾਸ ਹੋਣਾ ਚਾਹੀਦਾ ਜੀ। ਹੁਣ ਉਹ ਕਾਫੀ ਜੱਕੋ ਤੱਕਿਆ ਤੋਂ ਬਾਅਦ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ, ਪਾਰਲੀਮੈਂਟ 'ਚ ਆਵੇਗਾ ਜੀ, ਫਿਰ ਉਹ ਬਿੱਲ ਬਣੇਗਾ, ਪਾਸ ਹੋਵੇਗਾ ਤੇ ਕਾਨੂੰਨ ਬਣੇਗਾ ਜੀ। ਉਹਦੇ 'ਚ ਸਭ ਤੋਂ ਵੱਧ ਜਿਹੜਾ ਇਤਰਾਜ਼ ਹੈ ਉਹ ਬਹੁਤ ਸੰਮਤੀ ਵਾਲਿਆਂ ਨੂੰ, ਬਹੁਤ ਗਿਣਤੀ ਵਾਲਿਆਂ ਨੂੰ ਜੀ, ਕਿਉਂਕਿ ਉਹਦੇ ਬਿੱਲ ਦੇ ਪਹਿਲੇ ਰੂਪ ਵਿੱਚ ਇਹ ਲਿਖਿਆ ਗਿਆ ਸੀ ਕਿ
इस तरह की हिंसा की जिम्मेवारी बहुत गिनती उत्ते पाई जा सकती है। हाँ जी, इहदे तो हिंदू संस्थावां बहुत गुस्से विच ने। हिंदू संस्थावां दा पुराना भी इस तरह दा रुझान रहा है जी, कि वह होर किसी तरीके नाल नहीं आम तौर पर दंगियां विच भीड़ नूं भड़का के अपना उल्लू सीधा कर दिया रहियां ने। ਜੀ ਕੰਮ ਤਾਂ 1923 ਤੋਂ ਲੈ ਕੇ ਹੁੰਦਾ ਆਇਆ ਅੰਗਰੇਜ਼ਾਂ ਦੇ ਵੇਲੇ ਤੋਂ। ਜੀ ਜੀ ਜੀ, ਉਹਨਾਂ ਦੀਆਂ ਕੁਝ ਸੰਸਥਾਵਾਂ ਨੇ ਇਸ ਗੱਲ ਨੂੰ ਬਹੁਤ ਵੱਡਾ ਉਭਾਰ ਕੇ ਪੇਸ਼ ਕੀਤਾ ਕਿ ਸਾਡੇ ਹਿੰਦੂਆਂ ਦੇ ਖਿਲਾਫ ਇੱਕ ਬਿੱਲ ਪਾਸ ਹੋ ਰਿਹਾ, ਪੇਸ਼ ਹੋ ਰਿਹਾ। ਜੀ ਜੀ, ਉਹਨਾਂ ਨੇ ਇਹ ਵੀ ਕਹਿ ਤਾ ਕਿ ਇਹ ਤਾਂ ਇੱਕ ਕਿਸਮ ਦਾ ਸਰਟੀਫਿਕੇਟ ਦੇਣ ਦੀ ਲੋੜ ਹੈ, ਦੇਣ ਵਾਂਗ ਹੈ, ਕਿ ਸਿਰਫ ਬਹੁ ਗਿਣਤੀ ਜਿਹੜੀ ਉਹ ਇਸ ਤਰ੍ਹਾਂ ਦੀ ਹਿੰਸਾ ਕਰਦੀ ਹੈ, ਘੱਟ ਗਿਣਤੀ ਦਾ ਕੋਈ ਕਸੂਰ ਹੀ ਨਹੀਂ ਹੁੰਦਾ, ਤੁਸੀਂ ਪਹਿਲਾਂ ਹੀ ਕਹਿ ਤਾ। ਜੀ, ਇੱਕ ਤਰੀਕੇ ਨਾਲ ਹਰ ਗੱਲ ਪ੍ਰਭਾਵ ਜਾਂਦਾ, ਪਰ ਇਹ ਵੀ ਗੱਲ ਸੱਚੀ ਹੈ ਬਹੁਤਿਆਂ ਥਾਵਾਂ ਤੇ ਜਿਹੜੀ ਘੱਟ ਗਿਣਤੀ ਹੈ ਉਹ ਰਾਈਟਸ ਨਹੀਂ ਕਰਦੇ। ਜੀ ਜੀ, ਕਰਾਚੀ ਦੇ ਵਿੱਚ ਹਿੰਦੂਆਂ ਦਾ ਮੰਦਿਰ ਢਾਹ ਦਿੱਤਾ ਜਾਵੇ ਪਾਕਿਸਤਾਨ ਦੇ ਵਿੱਚ, ਜੀ ਉੱਥੇ ਮੁਸਲਮਾਨ ਬਹੁਤ ਗਿਣਤੀ ਹੈ, ਭਲਾ ਕਰਾਚੀ ਦੇ ਹਿੰਦੂ ਰੋਸ ਦਾ ਧਰਨਾ ਤੇ ਦੇ ਸਕਦੇ, ਦੰਗਾ ਕਰ ਸਕਦੇ, ਪਰ ਉਹਨਾਂ ਨੇ ਭਲਾ ਦੰਗਾ ਕੀਤਾ ਤੇ ਅਸੀਂ ਮਾਰੇ ਜਾਵਾਂਗੇ? ਬਿਲਕੁਲ ਬਿਲਕੁਲ, ਘੱਟ ਗਿਣਤੀ ਕਦੇ ਵੀ ਦੰਗਿਆਂ ਦੇ ਰਾਹ ਪੈਂਦੀ ਨਹੀਂ ਹੁੰਦੀ, ਆਮ ਤੌਰ ਤੇ ਬਹੁ ਗਿਣਤੀ ਦੇ ਵਿੱਚੋਂ ਕੁਛ ਲੋਕ ਇਹੋ ਜਿਹੀ ਭੜਕਾਟ ਪੈਦਾ ਕਰਦੇ ਹੁੰਦੇ ਆ, ਉਹਨੂੰ ਰੋਕਣ ਵਾਸਤੇ ਜੇ ਇਹ ਬਿੱਲ ਆ ਰਿਹਾ ਤੇ ਜਿੰਨੀਆਂ ਕੁ ਧਰਮ ਨਿਰਪੱਖ ਧਿਰਾਂ ਨੇ ਉਹਨਾਂ ਚੋਂ ਬਹੁਤੀਆਂ ਦੀ ਸਮਝ ਆ ਕਿ ਇਹ ਬਿੱਲ ਆਉਣਾ ਚਾਹੀਦਾ ਤੇ ਠੀਕ ਸੇਧ ਵਿੱਚ ਆ ਰਿਹਾ। ਜੀ 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 ਜੀ, ਪੰਨੂ ਸਾਹਿਬ, ਇਹ ਦੱਸੋਗੇ ਕਿ ਇਹ ਕਾਫੀ ਮਸਲਾ ਤੇ ਜਿਹੜਾ ਫਿਰਕਾ ਪ੍ਰਸਤੀ ਦਾ ਜਾਂ ਫਿਰਕਾ ਦਰਾਨਾ, ਕਿਉਂਕਿ ਇਸ ਦੇਸ਼ ਦੀ ਵੰਡ ਹੀ ਟੂ ਨੇਸ਼ਨ ਥਿਊਰੀ 'ਤੇ ਹੋਈ ਸੀ, ਫਿਰਕਾ ਦਰਾਨਾ ਆਧਾਰ 'ਤੇ ਹੋਈ, ਔਰ ਆਜ਼ਾਦੀ ਤੋਂ ਪਹਿਲਾਂ 20 ਮਾਰਚ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਵਿੱਚ ਸਿੱਖ ਹਿੰਦੂ ਮਾਰੇ ਗਏ, 5000 ਤੋਂ ਵੱਧ ਮਾਰਚ 47 ਵਿੱਚ, ਔਰ 47 ਦੇ ਵਿੱਚ ਤਾਂ ਦੋਨੋਂ ਪਾਸਿਓਂ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਔਰ ਫਿਰ ਜੇ ਇਤਿਹਾਸ ਵੱਲ ਦੇਖੀਏ 1984 ਦਾ, ਫਿਰ 1992 ਦਾ, ਔਰ 2002 ਦਾ ਗੁਜਰਾਤ ਵਿੱਚ ਫਿਰ, ਤਾਂ ਕੀ ਮਤਲਬ ਹਿੰਦੁਸਤਾਨ ਦੀ ਇਹ ਨੀਤੀ ਆ ਜਿਹੜਾ ਕਹਿ ਲਓ ਕਿ ਇਹਨਾਂ ਦੇ ਕਿਸਮਤ ਵਿੱਚ ਹੈਗਾ ਕਿ ਫਿਰਕਾ ਪ੍ਰਸਤ ਦੰਗੇ ਜਿਹੜੇ ਆ ਇਹ ਹੁੰਦੇ ਰਹਿਣਗੇ, ਇਹਨੂੰ ਕੀ ਕਾਨੂੰਨ ਦੇ ਨਾਲ ਕੇਵਲ ਰੋਕਿਆ ਜਾ ਸਕੇਗਾ ਜੇ ਇਹਨਾਂ ਦੀ ਨੀਅਤ ਸਾਫ ਨਹੀਂ ਹੋਏਗੀ ਹੁਕਮਰਾਨਾਂ ਦੀ? ਪਹਿਲਾਂ ਤਾਂ ਮੈਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਕਿ ਹਿੰਦੁਸਤਾਨ ਦੀ ਵੰਡ ਟੂ ਨੇਸ਼ਨ ਥਿਊਰੀ ਨਾਲ ਹੋਈ ਸੀ। ਜੀ ਜੀ, ਇੱਕ ਪ੍ਰਭਾਵ ਆ ਜੀ, ਇੱਕ ਨਹੀਂ ਜੀ ਜੀ, ਉਹ ਇਸ ਕਰਕੇ ਜੇ ਟੂ ਨੇਸ਼ਨ ਥਿਊਰੀ ਨਾਲ ਹੋਈ ਹੁੰਦੀ ਤੇ ਫਿਰ ਮੁਸਲਮਾਨਾਂ ਨੂੰ ਨੇਸ਼ਨ ਮੰਨ ਕੇ ਜੀ ਸਾਰੇ ਦੇ ਸਾਰੇ ਮੁਸਲਮਾਨ ਇੱਥੋਂ ਕੱਢ ਦਿੱਤੇ ਜਾਣੇ ਸੀ, ਫਿਰ ਇੱਥੇ ਕੋਈ ਮੁਸਲਮਾਨ ਰਹਿ ਨਹੀਂ ਸੀ ਸਕਦਾ। ਜੀ ਜੀ, ਉਦੋਂ ਵੀ ਮੁਸਲਮਾਨਾਂ ਦੀ ਇੱਕ ਬਹੁਤ ਵੱਡੀ ਧਿਰ ਸੀ ਜੀ, ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਸਾਰੇ ਲੋਕ ਸਨ, ਜਿਨ੍ਹਾਂ ਨੇ ਆਖਿਆ ਸੀ ਬਿਲਕੁਲ ਕਿਸੇ ਥਿਓਕ੍ਰੇਟਿਕ ਸਟੇਟ ਵਿੱਚ ਨਹੀਂ ਜਾਣਾ। ਜੀ ਜੀ ਜੀ, ਉਹਨਾਂ ਨੇ ਖੁੱਲ੍ਹ ਕੇ ਆਖਿਆ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਵੱਖਰਾ ਧਰਮ ਜਿਹੜਾ ਉਹਦੇ ਨਾਂ ਦੇ ਉੱਤੇ ਇੱਕ ਵੱਖਰੀ ਸਟੇਟ ਸਿਰਜੀਏ, ਔਰ ਇਸੇ ਗੱਲ ਦਾ ਕਰਕੇ ਉਹ ਉੱਧਰ ਨਹੀਂ ਸਨ ਗਏ ਤੇ ਇੱਥੇ ਰਹੇ ਸਨ। ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਜਾਮਾ ਮਸਜਿਦ ਦੇ ਵਿੱਚ ਬੋਲਣ ਤੋਂ ਰੋਕ ਦਿੱਤਾ ਗਿਆ ਸੀ, ਪਰ ਜਦੋਂ ਉਹਨੂੰ ਬੋਲਣ ਤੋਂ ਰੋਕਿਆ ਗਿਆ ਉਦੋਂ ਉਹਦੀ ਡਟ ਕੇ ਬੇਇੱਜ਼ਤੀ ਕੀਤੀ ਗਈ ਸੀ। ਫਿਰ ਇਹਦੇ ਬਾਵਜੂਦ ਜਦੋਂ ਪਾਕਿਸਤਾਨ ਬਣ ਗਿਆ, ਜਿਹੜੇ ਬਾਕੀ ਮੁਸਲਮਾਨ ਇੱਥੇ ਰਹਿ ਗਏ ਸਨ ਉਹ ਉਸੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਘਰੋਂ ਸੱਦ ਕੇ ਲਿਆਏ ਸਨ ਕਿ ਤੁਸੀਂ ਆ ਕੇ ਬੋਲੋ, ਤੇ ਉਹਨੇ ਉੱਥੇ ਜਾ ਕੇ ਆਖਿਆ ਸੀਗਾ ਉਸੇ ਮਸਜਿਦ ਵੀ ਤੁਹਾਨੂੰ ਪਤਾ ਜਦੋਂ ਮੈਨੂੰ ਇੱਥੋਂ ਕੱਢਿਆ ਗਿਆ ਉਦੋਂ ਤੁਸੀਂ ਬੋਲੇ ਨਹੀਂ ਸੀ, ਤੁਸੀਂ ਚੁੱਪ ਕੀਤੇ ਰਹੇ ਸੀ, ਤੁਹਾਨੂੰ ਇਹ ਵੀ ਚੇਤਾ ਭੁੱਲ ਗਿਆ ਕਿ ਸਾਡੇ ਵੱਡਿਆਂ ਨੇ ਇੱਥੇ ਆ ਕੇ ਜਮਨਾ ਦੇ ਕੰਢੇ ਤੇ ਵੁਜੂ ਕਰਕੇ ਨਮਾਜ਼ ਪੜ੍ਹੀ ਸੀ, ਸਾਡੇ ਵੱਡਿਆਂ ਦੀਆਂ ਕਬਰਾਂ ਇੱਥੇ ਆ, ਇਹ ਕਬਰਾਂ ਛੱਡ ਕੇ ਅਸੀਂ ਕਿੱਦਾਂ ਜਾ ਸਕਦੇ ਹਾਂ, ਜਿਨ੍ਹਾਂ ਜਾ ਸਕਦਾ ਅਸੀਂ ਨਹੀਂ ਜਾ ਸਕਦੇ। ਉਸ ਵਕਤ ਤੋਂ ਲੈ ਕੇ ਵੀ ਸੈਕੂਲਰ ਹਿੰਦੂ ਇੱਥੇ ਸਨ। ਫਿਰ ਇਹਦੇ ਤੋਂ ਬਾਅਦ ਜੇ ਟੂ ਨੇਸ਼ਨ ਦੀ ਥਿਊਰੀ ਨਾਲ ਵੰਡ ਹੁੰਦੀ ਤੇ ਮੁਸਲਮਾਨਾਂ ਦੀ ਜਿੰਨੀ ਗਿਣਤੀ ਸੀ ਜੀ, ਉਸ ਗਿਣਤੀ ਦੀ ਪ੍ਰਪੋਰਸ਼ਨ ਦੇ ਹਿਸਾਬ ਨਾਲ ਹੁਣ ਜਿੰਨਾ ਪਾਕਿਸਤਾਨ ਨਹੀਂ, ਉਹਨਾਂ ਨੂੰ ਪਾਕਿਸਤਾਨ ਤੋਂ ਕਾਫੀ ਵੱਡਾ ਪਾਕਿਸਤਾਨ ਮਿਲ ਜਾਣਾ ਸਨ ਜੀ, ਉਸ ਗਿਣਤੀ ਦੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਸੀ ਦਿੱਤਾ ਗਿਆ, ਕਿਉਂਕਿ ਉਦੋਂ ਵੀ ਇਹ ਗੱਲ ਹੈਗੀ ਸੀ ਕਿ ਮੁਸਲਮਾਨਾਂ ਦੀ ਇੱਕ ਕੱਟੜਪੰਥੀ ਧਿਰ, ਇੱਕ ਫਿਰਕੂ ਧਿਰ ਉੱਧਰ ਜਾ ਰਹੀ ਹੈ, ਦੂਸਰੀ ਧਿਰ ਉੱਧਰ ਨਹੀਂ ਜਾ ਰਹੀ, ਔਰ ਇਹੋ ਹੀ ਕਾਰਨ ਸੀ ਕਿ ਉਹਨਾਂ ਨੂੰ ਉਹਦੇ ਮੁਤਾਬਕ ਨਹੀਂ ਮਿਲ ਸਕਿਆ। 1965 ਦੀ ਜੰਗ ਤੋਂ ਪਹਿਲਾਂ BBC ਨੇ ਇੱਕ ਰਿਪੋਰਟ ਪੇਸ਼ ਕਰ ਦਿੱਤੀ ਸੀ, ਉਹ ਇੱਕ ਸਕੀਮ ਸੀ ਅਮਰੀਕਾ ਤੇ ਬ੍ਰਿਟੇਨ ਦੀ ਪਾਕਿਸਤਾਨ ਨਾਲ ਲੜਾਉਣ ਦੀ, ਉਹਦੇ ਵਿੱਚ ਆਖਿਆ ਗਿਆ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੈ ਜਿਹੜਾ ਹਿੰਦੂ ਹੈ ਤੇ ਉਹ ਹਿੰਦੂ ਹੋਣ ਕਰਕੇ ਮੁਸਲਮਾਨਾਂ ਨਾਲ ਜੰਗ ਲਾਉਣੀ ਚਾਹੁੰਦਾ। ਉਸੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ ਤੇ ਉਸ ਰੈਲੀ ਦੇ ਵਿੱਚ ਸ਼ਾਸਤਰੀ ਨੇ ਜਿਹੜੇ ਐਗਜੈਕਟ ਲਫ਼ਜ਼ ਵਰਤੇ ਸਨ ਉਹ ਪੂਰੇ ਦੇ ਪੂਰੇ BBC ਦੀ ਸਾਈਟ ਦੇ ਉੱਤੇ ਵੀ ਪਏ ਹੈ, ਜਿਹਨਾਂ ਦੀ ਸਿਰਫ ਇੰਨਾ ਵਾਇਲ ਆਈ ਐਮ ਏ ਹਿੰਦੂ ਮੀਰ ਮੁਸ਼ਤਾਕ ਹੂ ਇਜ਼ ਪ੍ਰੈਜ਼ਾਈਡਿੰਗ ਓਵਰ ਦਿਸ ਮੀਟਿੰਗ ਇਜ਼ ਏ ਮੁਸਲਿਮ ਮਿਸਟਰ ਫ੍ਰੈਂਕ ਐਂਥਨੀ ਹੂ ਹੈਜ਼ ਐਡਰੈਸਡ ਯੂ ਇਨ ਇਜ਼ ਏ ਕ੍ਰਿਸਚੀਅਨ ਦੇਰ ਆਰ ਆਲਸੋ ਸਿੱਖਸ ਐਂਡ ਪਾਰਸੀਜ਼ ਹੇਅਰ
The unique thing about our country is that we have Hindus, Muslims, Christians, Sikhs, Parsis, and people of all other religions. Jee. We have temples and mosques, gurdwaras and churches. Jee. But we do not bring all this into politics. This is the difference between India and Pakistan. Jee. Whereas Pakistan proclaims herself to be an Islamic state. Yes, religion as a sector. जी 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 सो पाकिस्तान दी जी जी बिल्कुल जी गल लास्ट ने गल आखी शास्त्री ध्यान ना सुनो ओ कहंदा वेयर एज पाकिस्तान प्रोक्लेम्स हरसेल्फ टू बी एन इस्लामिक स्टेट एंड यूज रिलीजन एज ए पॉलिटिकल फैक्टर वी इंडियंस हैव द फ्रीडम टू फॉलो व्हाटएवर रिलीजन वी मे चूज एंड वर्शिप इन एनी वे वी प्लीज सो एज पॉलिटिक्स इज कंसर्न्ड ईच ऑफ अस इज एज मच एन इंडियन एज द अदर जी पन्नू साहब मैं एक छोटा जिहा इहदे च नुक्ता जिहड़ा है ओह तुहाडे नाल जरूर सांझा करना चाहवांगा क्योंकि असी ओह हिंदू जिहड़ा कम्यूनल वायलेंस बिल तों वक्खरे पासे जा रहे हां पर एक गल तां सही है ना कि जिस तरह अज भी भावें ठीक है 1950 कॉन्स्टिट्यूशन पास होई उहदे विच प्रीएम्बल जिहड़ी बुनियाद है उहदे च लिखिया गया सोवरन डेमोक्रेटिक रिपब्लिक सो पर 1977 दे विच आ के इहदे विच दो लफ्ज़ बाद विच वाड़े गए ओह सीगा एक सोशलिस्ट ते एक सैकुलर की इहदा मतलब किहा जाए कि 1977 तों पहले सोशलिस्ट नहीं सी या सैकुलर नहीं सी या केवल कागज़ी कार्रवाई दे नाल उहनूं पाण दे नाल इह सोशलिस्ट ते सैकुलर हो जाएगा जे 1977 च पा सैकुलर लफ्ज़ कॉन्स्टिट्यूशन पाण तों बाद भी मुल्क दा ढांचा सैकुलर नहीं बन सकिया ਤਾਂ ਇਹ ਤੁਹਾਨੂੰ ਲੱਗਦਾ ਹੈ ਕਿ ਇਸ ਬਿੱਲ ਦੇ ਨਾਲ ਇਹ ਫਿਰ ਹੁਣ ਸੈਕੂਲਰਿਜ਼ਮ ਪੂਰੀ ਦਾ ਪੂਰਾ ਆ ਜਾਏਗਾ ਇਹ ਤੁਹਾਡੀ ਗੱਲ ਠੀਕ ਹੈ ਕਿ ਉਦੋਂ ਪਾਇਆ ਗਿਆ ਪਰ ਉਦੋਂ ਇਸ ਕਰਕੇ ਨਹੀਂ ਸੀ ਪਾਇਆ ਗਿਆ ਕਿ ਇਹ ਤੋਂ ਪਹਿਲਾਂ ਸੈਕੂਲਰ ਨਹੀਂ ਸੀ ਕਿ ਉਸ ਬਿੱਲ ਦੇ ਨਾਲ ਹੀ ਪਾਇਆ ਜਾਣਾ ਸੀ ਇਸ ਅਮੈਂਡਮੈਂਟ ਦੇ ਨਾਲ ਹੀ ਜੀ ਅਸਲ ਗੱਲ ਇਹ ਹੈ ਕਿ ਉਦੋਂ ਇੰਦਰਾ ਗਾਂਧੀ ਜਿਹੜੇ ਰਾਹ ਦੇ ਉੱਤੇ ਤੁਰ ਪਈ ਸੀ ਤੇ ਕਾਂਗਰਸਾਂ ਦਾ ਇੱਕ ਧੜਾ ਉਹਦੀ ਹਮਾਇਤ ਕਰ ਰਿਹਾ ਸੀ ਜੀ ਉਸ ਹਮਾਇਤ ਦੇ ਵਿੱਚ ਹੀ ਉਹ ਕਿਉਂਕਿ ਲੋਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੀ ਸੀ ਉਦੋਂ ਨਵਾਂ ਨਵਾਂ ਉਹਨੇ ਨਾਰਾ ਦਿੱਤਾ ਸੀ ਗਰੀਬੀ ਹਟਾਓ ਦਾ ਵੀ ਉਹ ਲੋਕਾਂ ਨੂੰ ਪ੍ਰਭਾਵ ਦੇਣਾ ਚਾਹੁੰਦੀ ਸੀ ਕਿ ਮੈਂ ਸਮਾਜਵਾਦ ਵਾਲੇ ਪਾਸੇ ਨੂੰ ਜਾ ਰਹੀ ਹਾਂ ਜੀ ਜੀ ਮੈਂ ਬੜੀ ਧਰਮ ਨਿਰਪੱਖ ਹਾਂ ਬਟ ਧਰਮ ਨਿਰਪੱਖ ਉਹਦੀ ਧਰਮ ਨਿਰਪੱਖਤਾ ਤੇ ਉਹਦੇ ਬਾਪ ਦੀ ਧਰਮ ਨਿਰਪੱਖਤਾ ਦਾ ਫਰਕ ਸੀ ਹਾਂਜੀ ਉਹਦਾ ਬਾਪ ਹਿੰਦੂ ਹੁੰਦਿਆਂ ਵੀ ਨਾ ਹਿੰਦੂ ਮੰਦਿਰ ਵਿੱਚ ਜਾਂਦਾ ਸੀ ਨਾ ਗੁਰਦੁਆਰੇ ਨਾ ਚਰਚ ਕਿਸੇ ਵਿੱਚ ਨਹੀਂ ਜਾਂਦਾ ਕਹਿੰਦਾ ਸੀ ਮੈਂ ਲੀਡਰ ਹੈ ਮੇਰੇ ਜਾਣ ਦਾ ਗਲਤ ਅਸਰ ਪਵੇਗਾ ਪਰ ਉਹ ਮੰਦਿਰ ਵਿੱਚ ਵੀ ਜਾਂਦੀ ਸੀ ਮਸਜਿਦ ਵਿੱਚ ਵੀ ਚਾਦਰ ਚੜਾਉਂਦੀ ਸੀ ਗੁਰਦੁਆਰੇ ਵੀ ਸਲਵਾਰ ਕਮੀਜ਼ ਪਾ ਕੇ ਚਲੀ ਜਾਂਦੀ ਸੀ ਇਹ ਜੋ ਕੁਝ ਸੀ ਉਹਨੇ ਸਾਰੀ ਡਰਾਮੇਬਾਜ਼ੀ ਕੀਤੀ ਸੀ ਉਸ ਡਰਾਮੇਬਾਜ਼ੀ ਨਾਲ ਕੋਈ ਫਰਕ ਨਹੀਂ ਸੀ ਪੈਣਾ ਹੁਣ ਵਾਲਾ ਬਿੱਲ ਜਿਹੜਾ ਇਹ ਫਿਰਕੂ ਹਿੰਸਾ ਨੂੰ ਰੋਕਣ ਵਾਸਤੇ ਕੁਝ ਖਾਸ ਹੱਦਾਂ ਮਿਲਦਾ ਉਦਾਂ ਤੇ ਪਹਿਲਾਂ ਤੋਂ ਵੀ ਇਹ ਕਹਿੰਦੇ ਆ ਕਿ ਹਿੰਦੁਸਤਾਨ ਚ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਪਰ ਹੁਣ ਖੁਰਾਕ ਸੁਰੱਖਿਆ ਬਿੱਲ ਦੇਣ ਨਾਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਖੁਰਾਕ ਦਾ ਕੋਈ ਪ੍ਰਬੰਧ ਹੀ ਹੈ ਨੀ ਜਿਹੜੀ ਸੋਸ਼ਲ ਸਿਕਿਉਰਿਟੀ ਪੱਛਮੀ ਦੇਸ਼ਾਂ ਚ ਮਿਲਦੀ ਪਈ ਹੈ ਉਹਦੇ ਨਾਲ ਇੱਕ ਚੀਜ਼ ਲੋਕਾਂ ਨੂੰ ਮਿਲਣ ਦਾ ਪ੍ਰਬੰਧ ਹੋ ਗਿਆ ਇਸ ਤੋਂ ਪਹਿਲਾਂ ਵੀ ਅਸੀਂ ਸੂਚਨਾ ਮੰਗ ਸਕਦੇ ਸਾਂ ਪਰ ਆਰਟੀਆਈ ਆਉਣ ਤੋਂ ਬਾਅਦ ਕਿੰਨੀਆਂ ਦੱਬੀਆਂ ਸੂਚਨਾਵਾਂ ਅਸੀਂ ਕਰ ਲਈਆਂ ਇਸੇ ਤਰ੍ਹਾਂ ਹੀ ਇਹਦਾ ਹਿੰਸਾ ਰੋਕੋ ਬਿੱਲ ਆ ਰਿਹਾ ਫਿਰਕੂ ਹਿੰਸਾ ਰੋਕੂ ਬਿੱਲ ਜਿਹਦੇ ਤੋਂ ਇਹ ਸੰਭਾਵਨਾਵਾਂ ਉੱਠੀਆਂ ਨੇ ਇਹਦੇ ਨਾਲ ਵਿਸ਼ੇਸ਼ ਅਧਿਕਾਰ ਕੁਝ ਫੋਰਸਿਸ ਮਿਲਣਗੇ ਔਰ ਕੁਝ ਇਹੋ ਜਿਹੇ ਪੈਮਾਨੇ ਤੈਅ ਕੀਤੇ ਜਾਣਗੇ ਕਿ ਬਹੁ ਗਿਣਤੀ ਜਿਹੜੀ ਆ ਘੱਟ ਗਿਣਤੀ ਦੇ ਗਲ ਪੈ ਨਾ ਸਕੇ ਕੁਝ ਪ੍ਰਬੰਧ ਕੀਤੇ ਜਾਣਗੇ ਫੂਲ ਪਰੂਫ ਇੰਤਜ਼ਾਮ 100% ਕਦੇ ਕੋਈ ਨਹੀਂ ਹੋ ਸਕਦੇ ਪਰ ਕੁਛ ਨਾ ਕੁਛ ਅੱਗੇ ਵੱਲ ਨੂੰ ਇੱਕ ਕਦਮ ਹੈਗਾ ਜੀ ਪਰ ਪੰਨੂ ਸਾਹਿਬ ਜਿਹੜੀਆਂ ਹੁਣ ਭਾਰਤੀ ਜਨਤਾ ਪਾਰਟੀ ਜਾਂ ਸ਼ਿਵ ਸੈਨਾ ਜਾਂ ਜਿਹੜੀਆਂ ਹਿੰਦੂਵਾਦੀ ਸੰਗਠਨ ਇਹਦਾ ਬਹੁਤ ਜ਼ੋਰ ਨਾਲ ਵਿਰੋਧ ਕਰ ਰਹੀਆਂ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਫਿਰ ਇਹ ਕਾਮਯਾਬ ਹੋਏਗਾ ਉਹ ਇਸ ਚੀਜ਼ ਨੂੰ ਲਾਗੂ ਕਰਨਗੇ ਜਾਂ ਮੰਨਣਗੇ ਤੁਸੀਂ ਕੋਈ ਵੀ ਚੀਜ਼ ਲੈ ਆਓ ਉਹਨੂੰ ਲਾਗੂ ਕਰਨਾ ਕਰਨ ਵਾਲਿਆਂ ਦੇ ਉੱਤੇ ਨਿਰਭਰ ਕਰਦਾ ਜੀ ਜੇ ਅਗਲੇ ਪਾਸੇ ਸਟੇਟ ਆਪਰੇਟਰਸ ਦੇ ਵਿੱਚ ਇਹੋ ਜਿਹੇ ਲੋਕ ਹੋਣ ਜਿਹੜੇ ਇਹਨੂੰ ਲਾਗੂ ਕਰਨਾ ਇਹਨਾਂ ਚਾਹੁੰਦੇ ਜੀ ਕਈ ਵਾਰੀ ਸਵਾਲ ਨੀਤੀਆਂ ਨਾਲੋਂ ਵੱਧ ਨੀਤ ਦਾ ਹੁੰਦਾ ਜੀ ਹਾਂ ਬਿਲਕੁਲ ਇਹੀ ਕਹਿੰਦੇ ਨੀਤ ਦਾ ਖੋਟ ਹੋਇਆ ਤੇ ਕੁਝ ਵੀ ਨਹੀਂ ਹੋ ਸਕਣਾ ਜੀ ਅਸੀਂ ਪਹਿਲੇ ਕਈ ਕਾਨੂੰਨਾਂ ਦੇ ਮਾਮਲੇ ਵਿੱਚ ਵੀ ਵੇਖਦੇ ਹਾਂ ਜਦ ਤੱਕ ਦਬਾਅ ਨਾ ਪਵੇ ਉਹਨਾਂ ਚਿਰ ਤੱਕ ਪਰਚਾ ਦਰਜ ਨਹੀਂ ਹੁੰਦਾ ਪਰਚਾ ਦਰਜ ਹੋ ਜਾਵੇ ਬੰਦੇ ਫੜੇ ਨਹੀਂ ਜਾਂਦੇ ਫੜੇ ਜਾਣ ਤੇ ਚਾਰਜਸ਼ੀਟ ਨਹੀਂ ਹੁੰਦੇ ਚਾਰਜਸ਼ੀਟ ਹੋਣ ਤੇ ਫਿਰ ਅਗਲੇ ਪਾਸੇ ਗਵਾਹੀਆਂ ਨਹੀਂ ਭੁਗਤਦੀਆਂ ਕਈ ਵਾਰੀ ਅਖੀਰਲੇ ਵਕਤ ਜਾ ਕੇ ਗਵਾਹ ਕਹਿੰਦੇ ਜੀ ਅਸੀਂ ਨਹੀਂ ਗਵਾਹੀ ਦੇਣੀ ਇਹ ਸਾਰਾ ਕੁਛ ਜਿਹੜਾ ਇਹਦੇ 'ਚ ਨੀਤ ਜਿਹੜੀ ਆ ਉਹ ਜ਼ਿਆਦਾ ਨਿਰਭਰ ਕਰਦੀ ਹੈ ਫਿਰ ਵੀ ਇੱਕ ਅੱਗੇ ਵੱਲ ਨੂੰ ਇੱਕ ਕਦਮ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਇਹ ਕੋਈ ਉੱਕਾ ਪੁੱਕਾ ਤੇ ਪੱਕਾ ਪ੍ਰਬੰਧ ਨਹੀਂ ਜਿਹਦੇ ਨਾਲ ਸਾਰਾ ਕੁਝ ਠੀਕ ਹੋ ਜਾਣਾ ਹੋਵੇ ਜੀ 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 ਅਤੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਫੈਡਰਲਿਜ਼ਮ ਵੱਲ ਜਾਂ ਸੰਘੀ ਢਾਂਚੇ ਦੇ ਉੱਤੇ ਅਸਰ ਪਾਏਗਾ ਸਟੇਟਾਂ ਦੇ ਅਧਿਕਾਰ ਦੇ ਉੱਤੇ ਇਹ ਕਿਸਮ ਦਾ ਮਾਰੂ ਅਸਰ ਪਾਏਗਾ ਇਹ ਤੁਹਾਨੂੰ ਕਿੱਦਾਂ ਇਹਦਾ ਵਿਸ਼ਲੇਸ਼ਣ ਕਰਦੇ ਹੋ
उन्होंने कुछ पहला मद्दा इस तरह दियां पाइया सन जिदे विच स्टेट सीधे तौर ते दखल दे सेंटर सीधे तौर ते दखल दे सकदा सी जी। हुण ओह मद्दा उन्होंने अमेंड कर दित्तिया, उन्होंने बदल दिता जी कि उथों दे डीजीपी उथों दे होम सेक्रेटरी वगैरह नाल कॉन्टैक्ट करके सारे कुछ नूं स्टडी करन तों बाद उन्होंने डिस्कस करके जो सेंटर दखल देगा इकदम दखल नहीं देगा। कुछ हदा मिल दिखाई गई जो हदा बहुत सारे लोग समझते हैं कि वह बिल कमजोर होंगे, पर बहुत सारे होर समझते हैं कि कमजोर होंगे होया भी क्योंकि साढ़े को आर्टिकल 356 हैगा जिन्होंने बहुत लोग समझते हैं कि 356 का मतलब किसी राज की सरकार तोड़ना होंगे। 356 दियां भी अगों सब क्लासेस जिहड़ियां ने उन्होंने पढ़ो उन्होंने आ कि किसी सरकार नूं तोड़े बगैर भी कुछ उहदे अधिकार सीधे तौर ते गवर्नर जिहड़ा राष्ट्रपति वल्लों अपने हत्थां 'च लै सकदा। इहनूं उहदे नाल जोड़ के जदों वरत्या गया ते फिर भी इह फिरकू हिंसा बिल काफ़ी मजबूत हो जांदा। उंज जिहड़ी गल दा उहनां दा इतराज़ सी कि राज्यां दे अधिकार खेत्र 'च दखल दित्ता जाएगा, सीधा दखल दित्ता जाएगा। जदों आप पिछे जिन्हां ने NIA बनाई है, नैशनल इनवैसटीगेशन एजेंसी, जी भी तो 5-7 साल पहले अजे बनी है, उदों भी इसे गल ते इतराज़ हुंदा सी पर उह बन गई है। हुण इह भी जिहड़ा इक वारी बन जावे इस तों बाद लागू करन लग्गिआं राज्यां दे अधिकार खेत्र विच ना तां सीधा दखल होणा विश्लेषण बहुत अहम है। जिवें हुण जिहड़ियां एक फिरके दियां भारतीय जनता पार्टी वगैरह मंग कर रही है धारा 370 तोड़ दी जाए और नाल ही वह एक कॉमन सिविल कोड की भी गल करते हैं। एक पासे तां वेखण नूं बड़ा चंगा लगता है कि सारिआं लई इक्को कानून होए, पर दूजे पासे जिहड़ा सिविल कोड बनाया जांदा है तां उह जे मैरिज एक्ट है ते उह जिवें सिखां दे उत्ते हिंदू मैरिज एक्ट लागू किया जांदा है, हिंदू कोड बिल लागू किया जांदा है, ना कि सारिआं लई इक्को इंडियन कोड बिल नहीं लागू किया जांदा। तां तुहानूं लगदा है कि इह एक बहुत वड्डी अनोमली होएगी? एक पासे तां सैकुलरिज़म दी गल हो रही है और दूजे पासे उह धारा 25 दे विच किसे नूं अज किसी सिख ने अपनी रिटर्न भरनी है उन्होंने डिकलेयर करना पेगा कि मेरा परिवार हिंदू परिवार है और मैं हिंदू परिवार का मुखिया हाँ। सो की कानून फिर सारे लिए एक होना चाहिए? जिवें भारतीय जनता पार्टी मंग करती है कि एक होना चाहिए पर वह हिंदू लॉ होना चाहिए, इनू तुसी किस तरह वेखते हो? जी डिफाइन करन लग्या कुछ गल्लां दे उत्ते थोड़ा बहुत अपना अपना सोचण दा ढंग है। हाँ जी, हुण जे इह होवे कि मैं जिन्नी वारी गल करनी है जी लुधियाना जलंधर अमृतसर फगवाड़ा कहने के बजाय मैं कह दा कि जिन्ने बार भी लुधियाना आवेगा हाँ जी इन्हों बाकी दे चारा दे वास्ते समझ लिया जावे एब्रीवेशन दे तौर। आई नो दैट, हाँ जी मैं पूरी चंगी तरह धारा 25 दे विच भी इसे तरह ही आ कि हिंदू सिख फलाने फलाने जिहड़े आ जिहड़े तो जिन्या थावां ते इह गल आवे सारिआं दे नाम वार वार ना लिखे जाण जिथे हिंदू समझा जावे समझ लो कि ना सारा ते लागू हुंदी आ उहनूं एब्रीवेशन दे तौर ते वरत्या गया जिन्हों गलत ढंग नाल पेश किया गया ते कई पुआड़े पहला भी पै चुके हैं। हाँ जी, हुण भी जिहड़ा हैगा कई मद्दां इस तरह दियां होंदियां जिथे जदों असीं कुछ कम्यूनिटीज दा नाम लैंदे हां जिहड़ी सब तों वड्डी कम्यूनिटी हुंदी उहदा नाम पहले नंबर ते आ जांदा जी जी ते जे एब्रीवेशन दे तौर ते वरतना ते उहो ही वरत्या जांदा जी जी। जिहड़ी बीजेपी कई गल्लां कामन सिविल कोड वगैरह दियां करदी आ फजूल करदी आ, लोकां दे सामने सारा सच है नहीं। हाँ जी, सारा सच इह है कि इहनां नूं धारा 370 दुखदी आ जिहड़ी धारा ਉਹਨਾਂ ਦੇ ਹੈਗੀ ਆ ਸ੍ਰੀਨਗਰ ਦੇ ਜੰਮੂ ਕਸ਼ਮੀਰ ਦੇ ਸੰਬੰਧ ਵਿੱਚ, ਪਰ ਇਸੇ ਹੀ ਬੀਜੇਪੀ ਨੂੰ ਬਾਕੀ ਦੀਆਂ ਧਾਰਾ ਸਾਰੀਆਂ ਕਿਉਂ ਨਹੀਂ ਦਿਖਦੀਆਂ? ਇੱਥੇ ਬਹੁਤ ਸਾਰੀਆਂ ਧਾਰਾ ਹੋਰ ਵੀ ਨੇ ਜਿਹੜੀਆਂ ਕੋਈ ਅਰੁਣਾਚਲ ਵਾਸਤੇ ਦਿੱਤੀ, ਅਰੁਣਾਚਲ ਨੂੰ ਚੀਨ ਅਜੇ ਤੱਕ ਭਾਰਤ ਦਾ ਹਿੱਸਾ ਨਹੀਂ ਮੰਨਦਾ, ਉਹਦੇ ਵਾਸਤੇ ਵੀ ਕੁਝ ਸਪੈਸ਼ਲ ਹੱਕ ਦਿੱਤੇ ਨੇ, ਅਸੀਂ ਆਸਾਮ ਨੂੰ ਵੀ ਦਿੱਤੇ ਨੇ, ਨਾਗਾ ਲੋਕਾਂ ਨੂੰ ਵੀ ਇੱਥੋਂ ਤੱਕ ਆਖਿਆ ਕਿ ਉਹ ਆਪਣੇ ਜਿਹੜੇ ਕ੍ਰਿਮੀਨਲ ਕੇਸਿਸ ਨੇ ਛੋਟੇ ਮੋਟੇ ਉਹਨਾਂ ਨੂੰ ਆਪਣੇ ਕਨਵੈਨਸ਼ਨ ਦੇ ਆਧਾਰ ਤੇ ਪੁਰਾਣੀਆਂ ਰਵਾਇਤਾਂ ਦੇ ਆਧਾਰ ਤੇ ਨਜਿੱਠਣ ਦਾ ਹੱਕ ਰੱਖਣਗੇ। ਉਹਨਾਂ ਦੇ ਵਿਆਹ ਸ਼ਾਦੀਆਂ ਦੇ ਮਾਮਲਿਆਂ ਵਿੱਚ ਵੀ ਕਈ ਛੋਟਾਂ ਦਿੱਤੀਆਂ ਗਈਆਂ ਨੇ, ਬਿਲਕੁਲ ਇਸੇ ਤਰ੍ਹਾਂ ਹੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਾਸਤੇ ਵੀ ਕੋਈ ਛੋਟਾਂ ਦਿੱਤੀਆਂ ਗਈਆਂ ਨੇ, ਬਿਲਕੁਲ ਵੱਖ ਵੱਖ ਥਾਵਾਂ ਲਈ ਜੇ ਛੋਟਾਂ ਦਿੱਤੀਆਂ ਗਈਆਂ ਤੇ ਸ੍ਰੀਨਗਰ ਜੰਮੂ ਕਸ਼ਮੀਰ ਦੇ ਸਵਾਲ ਦੇ ਉੱਤੇ ਵਾਧੂ ਗੱਲ ਕੀਤੀ ਗਈ ਆ। ਨਰਿੰਦਰ ਮੋਦੀ ਜਾ ਕੇ ਬੜੀ ਭੜਕਾਊ ਗੱਲ ਕਹਿ ਆ ਕਿ ਜਿਹੜਾ ਉਮਰ ਅਬਦੁੱਲਾ ਮੁੱਖ ਮੰਤਰੀ ਇਹਨੂੰ ਅਧਿਕਾਰ ਹੈਗੇ ਆ ਤੇ ਇਹਦੀ ਭੈਣ ਸਾਰਾ ਨੇ ਕਿਉਂਕਿ ਰਾਜਸਥਾਨੀ ਮੁੰਡੇ ਨਾਲ ਵਿਆਹ ਕੀਤਾ ਇਸ ਕਰਕੇ ਉਹਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿਉਂਕਿ ਉਹ ਜੰਮੂ ਕਸ਼ਮੀਰ ਤੋਂ ਬਾਹਰ ਵਿਆਹੀ ਗਈ ਆ। ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇਹ ਧਾਰਾ ਪਹਿਲਾਂ ਨਹੀਂ ਸੀ ਹੁੰਦੀ, ਇੱਕ ਖਾਸ ਮੌਕੇ ਦੇ ਉੱਤੇ ਇੱਕ ਖਾਸ ਮੁੱਖ ਮੰਤਰੀ ਨੇ ਇਹ ਪੇਸ਼ ਕਰ ਦਿੱਤੀ, ਮੁੱਖ ਮੰਤਰੀ ਵੀ ਨਹੀਂ ਉਹਨੂੰ ਪ੍ਰਧਾਨ ਮੰਤਰੀ ਉਦੋਂ ਕਹਿੰਦੇ ਸੀ, ਪਰ ਇਹ ਧਾਰਾ ਸਨ 2001 ਦੇ ਵਿੱਚ ਜੰਮੂ ਕਸ਼ਮੀਰ ਹਾਈ ਕੋਰਟ ਨੇ ਰੱਦ ਕਰ ਦਿੱਤੀ।
ਉਹਦੇ ਤੋਂ ਬਾਅਦ 2002 ਦੇ ਵਿੱਚ ਪੀਡੀਪੀ ਦੀ ਸਰਕਾਰ ਨੇ ਇਹਨੂੰ ਫਿਰ ਲਾਗੂ ਕਰਨ ਦਾ ਯਤਨ ਕੀਤਾ ਤੇ ਇਹਦੇ ਉੱਤੇ ਬਰਾਬਰ ਬਰਾਬਰ ਵੰਡੇ ਗਏ। ਸਿਰਫ ਇੱਕ ਵੋਟ ਦੀ ਘਾਟ ਸੀ ਤੇ ਉਹ ਪ੍ਰੋਫੈਸਰ ਭੀਮ ਸਿੰਘ ਸੀਗਾ ਪੈਂਥਰਸ ਪਾਰਟੀ ਵਾਲਾ। ਹਾਂਜੀ, ਉਹਨੇ ਠੋਕ ਕੇ ਆਖਿਆ ਮੈਂ ਇਹ ਧਾਰਾ ਦੁਬਾਰਾ ਲਾਗੂ ਕਰਨ ਦੇ ਪੱਖ ਵਿੱਚ ਨਹੀਂ, ਮੁੰਡਾ ਹੋਵੇ ਕੁੜੀ ਹੋਵੇ ਦੋਵਾਂ ਦਾ ਬਰਾਬਰ ਦਾ ਹੱਕ ਹੈ। ਇਹ ਧਾਰਾ ਉਹ ਤੋਂ ਬਾਅਦ ਲਾਗੂ ਹੀ ਨਹੀਂ ਹੋ ਸਕੀ। ਅੱਜ ਉਮਰ ਅਬਦੁੱਲਾ ਤੇ ਉਹਦੀ ਭੈਣ ਸਾਰਾ ਦੋਵਾਂ ਦੇ ਬਰਾਬਰ ਦੇ ਹੱਕ ਹੈ, ਭਾਵੇਂ ਭੈਣ ਰਾਜਸਥਾਨ ਚ ਵਿਆਹੀ ਦੀ ਹੈ। ਨਰਿੰਦਰ ਮੋਦੀ ਨੂੰ ਇੰਨੀ ਅਕਲ ਹੀ ਨਹੀਂ ਕਿ ਪੜ੍ਹ ਕੇ ਬੋਲਿਓ, ਬਗੈਰ ਪੜ੍ਹੇ ਤੋਂ ਵੀ ਬੋਲੀ ਜਾਂਦਾ। ਉਹਨੇ ਇਹ ਵੀ ਕਹਿ ਦਿੱਤਾ ਸੀ ਸਿਕੰਦਰ ਬਾਦਸ਼ਾਹ ਜਿਹੜਾ ਬਿਹਾਰ ਵਿੱਚ ਜਾ ਕੇ ਸਿੱਖ ਖਾ ਕੇ ਮੁੜਿਆ ਸੀ, ਉਹਨੂੰ ਪਤਾ ਹੀ ਨਹੀਂ ਸਾਡੇ ਵੈਰੋਵਾਲ ਤੋਂ ਮੁੜ ਗਿਆ ਸੀ ਉਹ। ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਵਾ ਉਹ ਨਲਾਇਕ ਆਦਮੀ ਹੈ, ਔਰ ਕਮਿਊਨਲਿਜ਼ਮ ਨੂੰ ਜਿਸ ਤਰ੍ਹਾਂ ਉਹ ਵਾਰਦਾ ਤੇ ਉਛਾਲਦਾ, ਲੋਕਾਂ ਨੂੰ ਝੂਠ ਬੋਲ ਕੇ ਭੜਕਾਈ ਜਾ ਰਿਹਾ, ਔਰ ਉਹਦੇ ਝੂਠ ਨੂੰ ਵੀ ਉਹਦੀ ਪਾਰਟੀ ਤੇ ਉਹਦਾ ਭਾਈਚਾਰਾ ਸਾਰਾ ਗੁੰਨੀ ਜਾਂਦਾ, ਉਸ ਝੂਠ ਨੂੰ ਗੁੰਨ ਕੇ ਉਹਦੇ ਚੋਂ ਜੋ ਕੁਝ ਕੱਢਣਾ ਚਾਹੁੰਦੇ ਆ, ਇਹ ਧਾਰਾ ਦਾ ਚੱਕਰ, ਫਲਾਣੀ ਦਫ਼ਾ, ਫਲਾਣੀ ਦਫ਼ਾ, ਇਹ ਸਾਰਾ ਕੁਝ ਵੀ ਉਸੇ ਚ ਪਾਇਆ ਜਾ ਰਿਹਾ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਉਨੀਆਂ ਡਿਸਕ੍ਰਿਪੈਂਸੀਜ਼ ਹੈ ਨਹੀਂ ਗੀਆਂ ਜਿੰਨੀਆਂ ਇਹ ਪੇਸ਼ ਕਰਦੇ ਪਏ। ਜੀ ਬਿਲਕੁਲ, ਜਿਵੇਂ ਮੀਜ਼ੋ ਅਕਾਰਡ ਵੀ ਮੈਂ ਦੇਖ ਰਿਹਾ, ਉਹਦੀ ਸ਼ੁਰੂਆਤ ਹੀ ਜਿਹੜੀ ਹੁੰਦੀ ਹੈ, ਨੋਟ ਵਿਦ ਸਟੈਂਡਿੰਗ ਐਨੀਥਿੰਗ ਸੈਡ ਇਨ ਦੀ ਇੰਡੀਅਨ ਕਨਸਟੀਟਿਊਸ਼ਨ, ਨੋ ਲਾਅ ਆਫ ਦੀ ਫੈਡਰਲ ਗਵਰਨਮੈਂਟ ਵਿਲ ਅਪਲਾਈ ਔਨ ਮੀਜ਼ੋਰਮ ਅਨਲੈਸ ਦੇ ਅਪਰੂਵ ਇਟ। ਬਲਕਿ ਉਹਨਾਂ ਨੂੰ ਤਾਂ ਆਪਣੀ ਨੇਬਰਿੰਗ ਸਟੇਟਸ ਦੇ, ਨੇਬਰਿੰਗ ਕੰਟਰੀਜ਼ ਦੇ ਨਾਲ ਵੀ ਸਿੱਧਾ ਬਿਜ਼ਨਸ ਕਰਨ ਦੀ ਇਜਾਜ਼ਤ ਦਿੱਤੀ ਗਈ ਉਸ ਮੀਜ਼ੋ ਅਕਾਰਡ ਔਰ ਧਾਰਾ 377 ਜਾਂ 78 ਦੇ ਵਿਚਕਾਰ। ਸੋ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਇੰਡੀਆ ਆਜ਼ਾਦ ਹੋ ਗਿਆ ਜੀ, ਗੋਆ ਉਦੋਂ ਵੀ ਪੁਰਤਗਾਲ ਦੇ ਅੰਡਰ ਸੀ। ਬਿਲਕੁਲ ਬਿਲਕੁਲ, ਗੋਆ ਨੂੰ ਬਾਅਦ ਵਿੱਚ ਆਜ਼ਾਦ ਕਰਾਇਆ ਗਿਆ। ਉਹਦੀ ਆਜ਼ਾਦੀ ਦੀ ਲੜਾਈ 'ਚ ਸਾਡੇ ਪੰਜਾਬ ਦਾ ਕਰਨੈਲ ਸਿੰਘ ਈਸੜੂ ਸ਼ਹੀਦ ਹੋਇਆ ਸੀ। ਜੀ ਹਾਂਜੀ, ਜਦੋਂ ਗੋਆ ਆਜ਼ਾਦ ਕਰਾਇਆ ਗਿਆ, ਕਿਉਂਕਿ ਲੰਮਾ ਸਮਾਂ ਉਹ ਪੁਰਤਗਾਲ ਦੇ ਅੰਡਰ ਰਿਹਾ ਸੀ ਤੇ ਉਹਨਾਂ ਲੋਕਾਂ ਦੀ ਵੱਖਰੀ ਕਿਸਮ ਦੀ ਰਹਿਣੀ ਸਹਿਣੀ ਸੀ, ਉਹਨਾਂ ਵਾਸਤੇ ਗੋਆ ਵਾਸਤੇ ਵੀ ਅਸੀਂ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ। ਹਾਂਜੀ ਹਾਂਜੀ, ਔਰ ਮੀਜ਼ੋਰਮ ਤੇ ਜਿਹੜਾ ਤੁਹਾਨੂੰ ਸਵਾਲ ਕੀਤਾ, ਜਿਹੜਾ ਰੈਫਰੈਂਸ ਦਿੱਤਾ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਮੀਜ਼ੋ ਬਾਗੀਆਂ ਨੇ ਬੜੀ ਲੰਮੀ ਨਾਗਾ ਬਾਗੀਆਂ ਵਾਂਗ ਹੀ ਲੜਾਈ ਲੜੀ ਸੀ। ਜੀ, ਉਹ ਲੜਾਈ ਤੋਂ ਬਾਅਦ ਮੀਜ਼ੋਰਮ ਦੇ ਜਿਹੜੇ ਲਾਲ ਡੇਂਗਾ ਨਾਲ ਸਮਝੌਤਾ ਹੋਇਆ, ਸਮਝੌਤੇ ਤੋਂ ਬਾਅਦ ਕਈ ਛੁੱਟਾਂ ਦੇਣੀਆਂ ਪਈਆਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਬੀਜੇਪੀ 3 ਵਾਰ ਰਾਜ ਕਰ ਚੁੱਕੀ ਹੈ। ਜੀ ਜੀ, ਉਸ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਕਿਸਮ ਦੀਆਂ ਬੰਦਸ਼ਾਂ ਹੈਗੀਆਂ ਨੇ, ਅਸੀਂ ਪੰਜਾਬੀ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ। ਜੀ, ਰਾਜਸਥਾਨ ਦੇ ਵਿੱਚ ਕਿੰਨੀ ਵਾਰੀ ਬੀਜੇਪੀ ਦੀ ਸਰਕਾਰ ਆ ਗਈ, ਸ਼ਾਇਦ ਹੁਣ 5ਵੀਂ ਸਰਕਾਰ ਹੈ ਉਹਨਾਂ ਦੀ, ਪਰ ਅਸੀਂ ਰਾਜਸਥਾਨ ਵਿੱਚ ਵੀ ਜਾ ਕੇ ਨਹੀਂ ਖਰੀਦ ਸਕਦੇ। ਜੀ, ਜਿਹੜਾ ਫਰਕ ਹੈ, ਇਕੱਲਾ ਜੰਮੂ ਕਸ਼ਮੀਰ ਤਾਂ ਨਹੀਂ ਚੁੱਭਦਾ, ਕਿਉਂਕਿ ਜੰਮੂ ਕਸ਼ਮੀਰ ਦੇ ਸਵਾਲ ਤੇ ਬੀਜੇਪੀ ਸਮਝਦੀ ਹੈ ਕਿ ਇਹ ਇੱਕ ਕਿਸਮ ਦੀ ਇਹੋ ਜਿਹੀ ਦੁੱਖ ਦੀ ਰਾਜ ਹੈ ਜਿਹਦੇ ਉੱਤੇ ਹਿੰਦੁਸਤਾਨ ਦੇ ਲੋਕਾਂ ਨੂੰ ਭੜਕਾਇਆ ਜਾ ਸਕੇ। ਬਿਲਕੁਲ, ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਇਸ ਕੰਮ ਤੋਂ ਉਹ ਦੁਰਵਰਤੋਂ ਕਰਨਾ ਚਾਹੁੰਦੇ। ਜੀ ਜੀ ਬਿਲਕੁਲ, ਮੈਂ ਇਹੀ ਗੱਲ ਕਹਿਣੀ ਚਾਹੁੰਦਾ ਪੰਨੂ ਸਾਹਿਬ, ਜੇਕਰ ਬੰਗਲਾਦੇਸ਼ 'ਚੋਂ ਕੋਈ ਉਹ ਮੁਸਲਮਾਨ ਆ ਜਾਣ ਤਾਂ ਉਹਨਾਂ ਨੂੰ ਇਹ ਘੁਸਪੈਠੀਏ ਕਹਿੰਦੇ ਹੈ, ਜੇ ਅਗਰ ਕਰਾਚੀ ਵੱਲੋਂ ਉੱਧਰੋਂ ਹਿੰਦੂ ਆ ਜਾਣ ਉਹਨਾਂ ਨੂੰ ਸ਼ਰਨਾਰਥੀ ਕਹਿੰਦੇ। ਇਹਦਾ ਮਤਲਬ ਸਾਡੀ ਸੋਚ ਦੇ ਵਿੱਚ ਫਰਕ ਹੈ। ਅਤੇ ਅਖੀਰ ਦੇ ਵਿੱਚ ਸਿਰਫ ਜੀ, ਇਸ ਕਰਕੇ ਇਹ ਦੱਸੋ ਕਿ ਇਹ ਜਿਹੜਾ ਹੁਣ ਬਿੱਲ ਆ ਰਿਹਾ, ਕਿਧਰੇ ਐਸਾ ਤਾਂ ਨਹੀਂ ਕਿ ਅੱਗੇ ਤੋਂ ਅਸੀਂ ਨਹੀਂ ਕਰਾਂਗੇ, ਪਰ ਜਿਹੜੇ ਪਹਿਲੇ ਹੋ ਚੁੱਕੇ ਦੰਗੇ ਕੀਤੇ ਜਿਹਦੇ 'ਚ ਦੋਨੋਂ ਪਾਰਟੀਆਂ ਦੇ ਹੱਥ ਰੰਗੇ ਹੋਏ ਹੈ, ਉਹਨਾਂ ਦੇ ਹੱਥ ਖੂਨ ਨਾਲ ਰੰਗੇ ਹੈ, ਉਹ ਸਾਰਾ ਕੁਝ ਪਿਛਲਾ ਚੈਪਟਰ ਕਲੋਜ਼ ਹੋ ਜਾਏ, ਉਹਦੀ ਹੁਣ ਗੱਲ ਨਾ ਕਰੋ, ਕਿਧਰੇ ਐਸੀ ਗੱਲ ਤਾਂ ਨਹੀਂ ਇਸ ਤੋਂ ਨਜ਼ਰ ਆ ਰਹੀ? ਨਹੀਂ, ਉਹਦੇ 'ਚ ਆਪਾਂ ਨੂੰ ਫਰਕ ਰੱਖਣਾ ਚਾਹੀਦਾ। ਅਮਰਤਿਆ ਸੇਨ ਨੂੰ ਨੋਬਲ ਪ੍ਰਾਈਜ਼ ਮਿਲਿਆ, ਅੱਜ ਉਹਦੀ ਜਿਹੜੀ ਸਟੇਟਮੈਂਟ ਆਈ ਆ ਜੀ, ਉਹਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਕਹਿੰਦਾ ਕਿ 1984 ਤੇ 2002 ਦੀ ਗੱਲ ਕਰਨ ਲੱਗਾ, ਇਸ ਗੱਲ ਦਾ ਚੇਤਾ ਰੱਖਿਆ ਕਰੀਏ ਕਿ ਜਿਹੜੀ ਇਸ ਵੇਲੇ ਕਾਂਗਰਸ ਪਾਰਟੀ ਆ ਉਹਦੀ ਲੀਡਰਸ਼ਿਪ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਇਹਨਾਂ 'ਚੋਂ ਕੋਈ ਵੀ ਬੰਦਾ ਉਹ ਨਹੀਂ ਜਿਹਨੇ 1984 ਵਿੱਚ ਦੰਗਿਆਂ ਵੇਲੇ ਕੋਈ ਭੂਮਿਕਾ ਅਦਾ ਕੀਤੀ ਹੋਵੇ, ਸਾਰੇ ਉਸ ਤੋਂ ਬਾਹਰ ਸੀ। ਗੁਜਰਾਤ ਦੇ ਸਵਾਲ ਦੇ ਉੱਤੇ ਜਿਹਦੀ ਸਰਪ੍ਰਸਤੀ ਹੇਠ ਸਾਰਾ ਕੁਛ ਹੋਇਆ, ਉਹ ਬੰਦਾ ਇਸ ਵੇਲੇ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ। ਉਹ ਕਹਿੰਦਾ ਇਹ ਜਿਹੜਾ ਵੱਡਾ ਡਿਫਰੈਂਸ ਹੈ ਇਹਨੂੰ ਇਗਨੋਰ ਕਰਕੇ ਨਹੀਂ ਚੱਲਣਾ ਚਾਹੀਦਾ। ਹੁਣ ਜਿਹੜਾ ਹੈਗਾ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਵੀ ਜਿਹੜੇ ਬੰਦੇ ਉਹਦੇ ਵਿੱਚ ਸਿੱਧੇ ਇਨਵਾਲਵ ਨਹੀਂ ਸੀ 1984 'ਚ, ਉਹਨਾਂ ਨੂੰ ਤੇ ਪੋਚਾ ਪਾਉਣ ਦੀ ਬਹੁਤੀ ਲੋੜ ਨਹੀਂ ਪੈਣੀ। ਜਦ ਤੱਕ ਮਨਮੋਹਨ ਨਹੀਂ ਆ ਗਿਆ, ਮਨਮੋਹਨ ਸਿੰਘ ਦੇ ਆਉਣ ਤੋਂ ਪਹਿਲਾਂ ਸੱਜਣ ਕੁਮਾਰ ਤੇ ਜਗਦੀਸ਼ ਟਾਇਟਰ ਨੂੰ ਹੱਥ ਵੀ ਕਿੱਥੇ ਪਿਆ ਸੀ? ਕੁਛ ਨਾ ਕੁਛ ਉਸ ਪਾਸੇ ਉਹ ਇਹ ਸਮਝਦੇ ਆ ਕਿ ਇਹਨਾਂ ਨੇ ਸਾਨੂੰ ਫਸਾਤਾ। ਜਿੱਦ ਤੱਕ ਨਰਿੰਦਰ ਮੋਦੀ ਦਾ ਸਵਾਲ ਹੈ, ਉਹ ਬੰਦਾ ਆਪ ਕਿਉਂਕਿ ਸਿੱਧੇ ਤੌਰ ਤੇ ਇਨਵਾਲਵਡ ਹੈ, ਉਹ ਇਸ ਤੋਂ ਬਚਣਾ ਚਾਹੇਗਾ। ਫਿਰ ਵੀ ਇਹ ਜਿਹੜਾ ਆਉਂਦਾ ਹੈ, ਜੇ ਪਿਛਲੇ ਸਾਰੇ ਦੰਗਿਆਂ ਦੇ ਉੱਤੇ ਲਾਗੂ ਹੁੰਦਾ ਕਿ ਨਹੀਂ ਹੁੰਦਾ, ਉਹਨਾਂ ਤੇ ਪੋਚਾ ਮਾਰਦਾ ਕਿ ਨਹੀਂ ਮਾਰਦਾ, ਇਹਦੀ ਫਾਈਨਲ ਸ਼ੇਪ ਉਦੋਂ ਹੋਣੀ ਹੈ ਜਦੋਂ ਇਹ ਪਾਰਲੀਮੈਂਟ ਜਾਵੇਗਾ, ਅਮੈਂਡਮੈਂਟਸ ਵੀ ਉੱਥੇ ਹੋਣੀਆਂ ਨੇ,
अंत नूं इह पास हुंदा कि पास करन गया कोई समझौतेबाजी ते शर्तां, जिस तरह लोकपाल भी लोक सभा चो पास हो गया, राज सभा जाके सोधा हो गई ते दुबारा लोक सभा च लियाउणा पै गया। अजे सानूं इह नहीं पता कि इहने उत्थों तक जांदिआं जांदिआं किन्नीआं सोधां दा शिकार होणा, अंतला रूप आउण तक सानूं उडीक करनी चाहीदी। ठीक है, इहदा मतलब राजनीतिक पार्टी अपनी राजनीति जारी रखणगे भावें कोई भी मामला आ जाए। नहीं, वो राजनीतिक पार्टियां बारे तो किसी का कोई मर गया हो श्रद्धांजलि भेट कर जान, जां किसी के बच्चे का विआह हो आशीर्वाद देन जान ते उत्थे भी तकरीर करदे आ, अपनी राजनीति किसी ना किसी ढंग नाल करी जांदे आ। राजनीतिक पार्टियां वाले राजनीति तो रह ही नहीं सकते। बिल्कुल बिल्कुल, फर्ज है उन्हां दा, राज धर्म हैगा। बहुत बहुत धन्नवाद तुहाडा समां देण लई। मैनूं पता है तुहाडा समां बड़ा कीमती और तुहाडी होर कमिटमेंट्स है, सो बहुत बहुत शुक्रिया। थैंक यू। सो प्यारे दर्शकों, ये सन जतेंद्र पन्नू, एडिटर नवा जमाना, जिन्होंने बड़े विस्थार दे नाल उस सबजैक्ट के उत्ते गलबात की। समा है हुण एक वक्फे दा, उहदे बाद मुड़ हाजिर हुंने आ और तुहाडे नाल गलबात करांगे। जिहड़े होर साडे कोल सुरखियां हन या होर मुद्दे हन उहनां दे उत्ते और नाल ही तुहाडे विचार भी लवांगे एक वक्फे दे बाद। Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready made or custom made, Breed Furniture can do it all. Te apni pasand ka furniture khareedo. Valinder Singh ji nu aaj hi call karo 718-849-4530 or 917-774-8566. Breed Furniture. Raj Jewels, Bansal Group. अरे हुजूर, सुबह सुबह इतना खूबसूरत तोहफा। खास है रसमलाई, वाह, देसी काजू के दानों से बनी दूध मलाई और मिठास हल्की सी काजू कतली, बम्बई से लाई? नहीं अंकल जी, शामियाना मिठाई, मेड इन अमेरिका। शामियाना मिठाई, made pure, made fresh, made here. जो भी पके ऐसा पके, जहाँ भी जो हो खींचा चला आए MBH मसाले, किचन किंग हो या गरम मसाला, पाव भाजी या चंकी चाट मसाला, असली मसाले सच सच MBH MBH. शुक्र है, लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं, बस थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। अरे तुमने मेरे हाथ के पकोड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी, खांडवी तो मैं बनाती थी, स्पेशली गांव से देसी बेसन मंगवा कर। क्यों, यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में लक्ष्मी बेसन। मेड प्योर, मेड फ्रेश, मेड हियर। मिराज बैंकेट हॉल एंड रेस्टोरेंट, वेडिंग हो या बर्थडे पार्टी, मिराज है परफेक्ट हर सेलिब्रेशन लिए। मिराज इंडियन क्यूजिन विद प्रॉपर सिटिंग फैसिलिटी, विजिटर्स लिए प्राइवेट पार्किंग फैसिलिटी भी अवेलेबल है। Oh.
Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey & Associates now. ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਹੜਾ ਐਂਟੀ ਕਮਿਊਨਲ ਵਾਇਲੈਂਸ ਬਿੱਲ ਜਿਹੜਾ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਹੈ, ਉਹਦੀ ਕਿੰਨੀ ਕੁ ਲੋੜ ਹੈ, ਕਿੰਨਾ ਕੁ ਪਰਪਸ ਸਰਵ ਕਰੇਗਾ, ਕੀ ਅੱਗੋਂ ਤੋਂ ਦੰਗੇ ਰੁਕ ਜਾਣਗੇ। ਜਿਵੇਂ ਪਹਿਲਾਂ ਵੀ ਸੰਵਿਧਾਨ ਦੇ ਵਿੱਚ ਸੋਧ ਕਰਕੇ ਸੈਕੂਲਰਿਜ਼ਮ ਵਰਡ ਬਾਅਦ ਵਿੱਚ ਪਾਇਆ ਗਿਆ, ਔਰ ਜਿਵੇਂ ਪੰਨੂ ਸਾਹਿਬ ਨੇ ਵੀ ਦੱਸਿਆ, ਉਹ ਸਾਰਾ ਕੁਝ ਇੱਕ ਰਾਜਨੀਤਿਕ ਕਾਰਨ ਸਨ, ਲੈਫਟ ਪਾਰਟੀਆਂ ਦੇ ਦਬਾਅ ਥੱਲੇ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਰਸ਼ੀਆ ਦਾ ਉਸ ਵੇਲੇ ਪ੍ਰਭਾਵ ਸੀ, ਤਾਂ ਇਹ ਪਾਰਲੀਮੈਂਟ ਦੀ ਜਿਹੜੀ ਕਾਂਸਟੀਟਿਊਸ਼ਨ ਦੀ ਪ੍ਰੀਐਂਬਲ ਦੇ ਵਿੱਚ ਸੋਧ ਕੀਤੀ ਗਈ। ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਸ਼ਾਇਦ ਹਿੰਦੁਸਤਾਨ ਹੀ ਇੱਕ ਪਹਿਲਾ ਦੇਸ਼ ਹੋਏਗਾ ਜਿਸ ਦਾ ਪ੍ਰੀਐਂਬਲ ਬਦਲੀ ਹੋਇਆ। ਪ੍ਰੀਐਂਬਲ ਕਿਸੇ ਇਮਾਰਤ ਦੀ ਬੁਨਿਆਦ ਦੀ ਤਰ੍ਹਾਂ ਹੁੰਦੀ ਹੈ, ਉਸਦੀ ਨੀਂਹ ਦੀ ਤਰ੍ਹਾਂ ਹੁੰਦੀ ਹੈ। ਬਿਲਡਿੰਗ ਦੇ ਵਿੱਚ ਤਾਂ ਤਰਮੀਮ ਹੁੰਦੀ ਹੈ ਪਰ ਬੁਨਿਆਦ ਵਿੱਚ ਤਬਦੀਲੀ ਨਹੀਂ। ਪਰ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਦੇ ਵਿੱਚ ਹੀ 1977 ਦੇ ਵਿੱਚ ਤਬਦੀਲੀ ਕੀਤੀ ਗਈ। ਦੂਸਰੀ ਜਿਹੜੀ ਬਹੁਤ ਹੀ ਅਹਿਮ ਖਬਰ ਹੈ ਜਿਹਦੇ ਨਾਲ ਸਾਰਾ ਪੰਥ ਦੇਸ਼ ਵਿਦੇਸ਼ ਜਿੱਥੇ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਵਾਲੀ ਗੱਲ ਹੈ, ਚਿੰਤਤ ਹੈ, ਚਿੰਤਾਤਰ ਹੈ, ਸੋਚ ਵਿੱਚ ਹੈ, ਉਹ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਰਨ ਵਰਤ, ਜਿਹੜਾ ਕਿ ਅੱਜ 35ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ। ਔਰ ਉਹਨਾਂ ਦੀ ਹਾਲਤ ਜਿਸ ਤਰੀਕੇ ਦੇ ਨਾਲ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ, ਕੁਛ ਵੀ ਹੋ ਸਕਦਾ ਹੈ। ਚਿੰਤਾ ਇਸ ਗੱਲ ਦੀ ਵੀ ਹੈ ਕਿ ਜੇਕਰ ਭਾਈ ਸਾਹਿਬ ਦਾ ਸਰੀਰ ਲੇਖੇ ਲੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ, ਕੀ ਫਿਰ ਮੁੜ ਉਹੀ ਹਾਲਾਤ ਜਿਸ ਤੋਂ ਨਿਕਲ ਕੇ ਕੁਛ ਸਿੱਧੇ ਰਸਤੇ 'ਤੇ ਆਉਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਫਿਰ ਉਸੇ ਦੁਬਿਧਾ ਵਾਲੇ ਦੋਰਾਹੇ ਦੇ ਵਿੱਚ ਖੜ੍ਹਾ ਹੋਣਾ ਪਏਗਾ। ਅੱਜ ਜਿਹੜਾ ਬੰਦੀ ਸਿੱਖ ਰਿਹਾਈ ਮੋਰਚਾ, ਜਿਹੜੇ ਆਗੂ ਜਿਨ੍ਹਾਂ ਨੇ ਭਾਈ ਸਾਹਿਬ ਦੇ ਨਾਲ ਸਹਿਯੋਗ ਕਰ ਰਹੇ ਹਨ ਔਰ ਉਹਨਾਂ ਦੇ ਨਾਲ ਉੱਥੇ ਬੈਠੇ ਹਨ, ਇੱਕ ਵੱਡੀ ਖਬਰ ਹੈ ਕਿ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਇਹ ਬਹੁਤ ਹੀ ਅਹਿਮ ਮੰਨੀ ਜਾਂਦੀ ਹੈ ਕਿ ਇਸ ਡੈਲੀਗੇਸ਼ਨ ਦੇ ਵਿੱਚ 3 ਮੈਂਬਰ ਸਨ ਔਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ਗਾਹ 'ਤੇ, ਚੰਡੀਗੜ੍ਹ ਵਾਲੀ ਰਿਹਾਇਸ਼ਗਾਹ ਦੇ ਉੱਤੇ ਗਏ। ਉਹਨਾਂ ਦੇ ਨਾਲ 45 ਮਿੰਟ ਉਹਨਾਂ ਦੀ ਗੱਲਬਾਤ ਹੋਈ ਔਰ ਜਿਹਦੇ ਵਿੱਚ ਬਾਦਲ ਸਾਹਿਬ ਇਕੱਲੇ ਹੀ ਸਨ ਔਰ ਕੋਈ ਵੀ ਨਹੀਂ ਸੀ। ਉਹਨਾਂ ਮੈਂਬਰਾਂ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਨੇ ਉਹਨਾਂ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਔਰ ਉੱਥੇ ਉਹਨਾਂ ਦੇ ਸਾਹਮਣੇ ਇਹ ਮੰਗ ਰੱਖੀ ਗਈ ਕਿ ਜਿਹੜੇ ਕੈਦੀ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਉਹ 19 ਔਰ 23 ਸਾਲ ਤੱਕ ਕੈਦ ਕੱਟਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤੇ ਗਏ ਅਤੇ ਨਾ ਹੀ ਉਹਨਾਂ ਨੂੰ ਕਦੇ ਪੈਰੋਲ ਔਰ ਛੁੱਟੀ ਮਿਲੀ ਹੈ, ਤਾਂ ਇਸ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਫਾਰਿਸ਼ਾਂ ਆਮ ਤੌਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਅਫਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਅਤੇ ਰੂਟੀਨ ਦੇ ਵਿੱਚ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਉਂਦੀਆਂ ਅਤੇ ਅੱਜ ਤੱਕ ਕੋਈ ਐਸਾ ਮਾਮਲਾ ਸਿੱਧੇ ਹੀ ਉਹਨਾਂ ਦੀ ਗਿਆਤ ਵਿੱਚ ਨਹੀਂ ਆਇਆ। ਔਰ ਉਹਨਾਂ ਨੇ ਕਿਹਾ ਕਿ ਅਗਰ ਕੋਈ ਐਸਾ ਮਾਮਲਾ ਹੈ ਤਾਂ ਉਹਨਾਂ ਦੀ ਨਜ਼ਰ ਵਿੱਚ ਲਿਆਂਦਾ ਜਾ ਸਕਦਾ ਹੈ। ਔਰ ਜਦੋਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਇਸ ਨਾਲ ਕੋਈ ਸਿੱਧਾ ਤਲਕ ਨਹੀਂ ਤਾਂ ਉਸ ਡੈਲੀਗੇਸ਼ਨ ਨੇ ਇਹ ਵੀ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਤਹਿਤ ਸੂਬੇ ਦਾ ਗਵਰਨਰ ਜਾਂ ਰਾਜਪਾਲ, ਸੂਬੇ ਦਾ ਰਾਜਪਾਲ ਜਾਂ ਭਾਰਤ ਦਾ ਰਾਸ਼ਟਰਪਤੀ, ਇਹਨਾਂ ਸਜ਼ਾਵਾਂ ਨੂੰ ਮਾਫ਼ ਕਰਨ ਦਾ ਅਧਿਕਾਰ ਉਸਨੂੰ ਮਿਲਿਆ ਹੋਇਆ ਹੈ, ਸੋ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜਿਸ ਵੇਲੇ ਉਹਨਾਂ ਨੂੰ ਦੱਸਿਆ ਗਿਆ
कि लंबी उम्र कैद जिन्हां दी अज तक हज़ारां कैदियां नूं छोट दित्ती गई है पर सिखां दे मामले विच ऐसी छोट क्यों नहीं दित्ती जा रही। मुख्यमंत्री ने उन्हां नूं कहा कि वह भाई गुरबख्श सिंह दी सेहत बारे चिंताजनक हन और जिहड़ा डेलीगेशन है उसने ये आस जाहिर की कि जिस गंभीरता दे नाल और विस्तार दे नाल मुख्यमंत्री ने गलबात सुनी है उस तो उम्मीद की जा सकती है कि वह जरूर छेती कोई कदम उठाणगे ते इहदे नाल मसले दे हल वल कोई ना कोई गलबात होएगी। पर इस सारे मामले दे विच एक गल तां बहुत उभर के सामने आई कि भाई गुरबख्श सिंह जी का मरण वर्त जिहड़ा शुरू किया गया सी उस वेले ये मंग रखी गई सी कि जिहड़े कैदी जिन्हां दी सज़ा पूरी हो चुकी है उन्हां नूं रिहा किया जाए। पर अल्टीमेटली आखिर दे विच जिहड़ी चीज़ सामने आई है कि वह कैदी वह हन जिन्हां दी सज़ा उम्र कैद की है उन्हां नूं पैरोल नहीं मिली, कानूनी तौर दे उत्ते उन्हां दी सज़ा पूरी नहीं हुई पर उन्हां नूं पैरोल नहीं दित्ती गई और सज़ा माफ़ नहीं कीती गई। सो आस है इस सारे दे विच भाई साहब दा जिहड़ा दृढ़ इरादा है वो जरूर रंग लियाएगा और उस दे विच तत्थां दे उत्ते आधारित अगर हुण वो कोई ऐसियां सूचियां या अपने डॉक्यूमेंट्स मुख्यमंत्री नूं या पंथक आगुआं नूं या अकाल तख्त साहब नूं दिंदे हन जिहड़ी उन्होंने मंगी सी शायद मसले दे हल वल कोई गल होएगी। तुसीं अपने विचार इस दे बारे भी और होर भी जिहड़े असीं पहले तुहाडे नाल गलबात कर चुके हाँ उहदे बारे भी दसणा, होर भी कुछ छोटियां सुरखियां हन जिहड़ियां असीं तुहाडे नाल जरूर सांझियां करांगे, जिवें पंजाब दे साब मुख्यमंत्री रह चुके बेअंत सिंह दी याद विच भारत सरकार ने एक डाक टिकट जारी कीती है जिहदे ते लोकां ने काफ़ी इतराज़ किया और नाल ही ब्रैडफोर्ड लंडन दे विच गुरद्वारा साहब दे लंगर दे नाल ही इमारत दे नाल ही एक हलाल प्लांट मीट प्लांट जिहड़ा लगाउण दी कोशिश कीती गई। और तीसरा देवयानी दे बारे हुण अमरीका ने खेद प्रगट किया कि ये जो कुछ होया है उस दे बारे असी जे समा होया तुहाडे नाल गलबात करांगे क्योंकि हिंदुस्तान विच इस दे उत्ते काफ़ी ज़्यादा मुजाहरे और बहुत ज़्यादा रौला पिया, प्रधानमंत्री तक ने इस मामले नूं चुकिया है। सो तुहाडे विचार भी असी लवांगे, तुसी अपने विचार जरूर दो की करना चाहिए की होना चाहिए। हैलो लांबा साहब वाहेगुरु जी का खालसा वाहेगुरु जी की फतेह, सतपाल सिंह बराड श्रोमणी अकाली दल बाद वालों बेनती जी जी वाहेगुरु जी का खालसा वाहेगुरु जी की फतेह। बराड साहब जी हुक्म करो। बेनती है जी, सब तो पहला तुहाडा ते गट पंजाबी दा बहुत धन्यवाद, तुसी इस मुद्दे नूं इस मसले नूं हर एंगल तो दर्शकों के सामने रखिया और बड़िया सच्चाइया नूं सामने लिया जी। दूसरा जिस तरह सब तो पहला तो जिस तरह ये मुद्दे के उपर भाई साहब भाई गुरबख्श सिंह जी होरां ने जी संघर्ष किया, इनू एक नैशनल मुद्दा बनाया, एक कौम उन्हां दी ऋणी रहूगी जी, क्योंकि जिथे भी वधीकी हुंदी है सिख का फर्ज बनता उहदे खड़न दा खड़े है, मुद्दा हाईलाइट हो गया जी। जिस तरह हुण सच्चाइयां सामने अपने आ रहे, फैक्ट सामने आ रहे है कि पंजाब सरकार नाल जुड़े जिहड़े कैदी है जिहड़े साडे सिंह है उन्हां दी गिणती है वह भी सामने आ गई है और वह मुद्दे पंजाब सरकार नाल नहीं बल्कि दूजियां सरकारां नाल जुड़े हुए है जी। और उत्थों उन्हां नूं ट्रांसफर किया गया पंजाब दीआं जेलां दे विच। असीं दो हफ्ते पहलां पंजाब सरकार नूं अपने वल्लों एक आपणी अपील कीती सी, मंग पत्र भी भेजा सीगा जी, ते अज बादल साहब दा भी बयान आ गया और सानूं पूरी उम्मीद है कि इस मसले दा बहुत ही सार्थक हल निकल आऊगा ता कि यह मसला बिल्कुल मनुखी अधिकारां दा मसला है और बहुत वधिया तरीके नाल हाईलाइट होया है। और दूसरा यह गल है भी इस नूं जिहड़े हुण इस गल नूं उस लैवल ते रोटियां सेकण वाली गल ना बनी जावे, सियासी मसला भाई साहब दा मिशन है वह पूरी तरह कामयाब हो गया है। यह मुद्दा नहीं बराड साहब, तुसीं एक गल जरूर दसो, तुसीं जिहड़ा कह रहे हो कि जेकर श्रोमणी अकाली दल दा इतिहास है, पुराना इतिहास है, जेकर पठानिस्तान दे विच लाल कुर्ती मूवमेंट दे उत्ते जुल्म होया तां अकाल तख्त साहब तो जत्था गया अकाली दल ने भेजिया, जे आर्या समाजियां दे उत्ते महाराष्ट्र च होया तां उहदे ते होया, इह की कारण है कि जिहड़ा चंडीगढ़ दे विच ही अगर कोई सिंह
तिल तिल करके अपने आखरत वल वध रहा है ते 35 दिन बाद जिहड़ी है सरकार जागी है कि उहदे ते कोई बयान देना है। सब तो पहले ही बेनती यह है कि जिस तरह भाई साहब ने उमर ने वरत रखा है जिस तरह सरदार नवकरण सिंह उमर ने भी दस्या जी डिटेल दे नाल कि देखो मसला इन्ना यह सेंसेशन है उन्होंने बिल्कुल सही जज्बात विच नहीं नहीं मैं तुहाडी गल सहमत हां। मेरा सिर्फ एक सवाल है बहुत छोटा जिहा कि अकाली दल दे लीडरशिप दी या पंजाब सरकार दी 35 दिन दी चुप्पी की ए माफी योग है? नहीं सब तो पहले तो पंजाब सरकार नाल सीधे तौर ते मुद्दा जुड़िया होया नहीं नहीं ना भी होए सिख दा मसला ते है नहीं नहीं सिख उन्हां दा मसला ते है ना सिख कैदी रिहा होने चाहिए है गल तां जुड़ गया अकाली दल नाल जुड़ गया जे धर्म दे नां ते पंथ दे नां ते वोटां मंगदे है किवें उन्हां दे नाल नहीं जुड़िया होया ਤੇ ਹੁਣ ਕਿੱਦਾਂ ਜੁੜ ਗਿਆ 35 ਦਿਨ ਬਾਅਦ ਕਿੱਦਾਂ ਜੁੜ ਜਾਂਦਾ? ਦੇਖੋ ਦੇਖੋ ਹੁਣ ਦੇਖੋ ਜਿਹੜੇ ਜਿਹੜੀ ਲਿਸਟ ਇਹਨਾਂ ਨੇ ਦਿੱਤੀ ਹੈ ਪਹਿਲੀ ਗੱਲ ਤਾਂ ਲਿਸਟ ਹੈ ਜਿਹੜੀ ਮਰਨ ਵਰਤ ਪਹਿਲਾਂ ਰੱਖਿਆ ਗਿਆ ਲਿਸਟ ਮਗਰੋਂ ਤਿਆਰ ਕੀਤੀ ਗਈ ਹੈ ਮਗਰੋਂ ਘੱਟੋ ਘੱਟ ਲਿਸਟ 12 ਦਿਨ ਮਗਰੋਂ ਦਿੱਤੀ ਗਈ ਹੈ। ਠੀਕ ਮੈਂ ਚਲੋ ਠੀਕ ਜੀ ਬੇਨਤੀ ਕਰ ਸਕਦਾ? ਨਹੀਂ ਨਹੀਂ ਤੁਸੀਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਉਸ ਤੋਂ ਕੋਈ ਇਨਕਾਰੀ ਨਹੀਂ ਪਰ ਗੱਲ ਇਹ ਸੀ ਕਿ ਇਹ ਜਿਹੜੀ ਚੀਜ਼ ਹੈ ਪਹਿਲੇ ਦਿਨ ਜਦੋਂ ਹੋਇਆ ਹਫ਼ਤੇ ਦੇ ਅੰਦਰ ਅੰਦਰ ਸਰਕਾਰ ਵੱਲੋਂ ਮੰਗ ਕੀਤੀ ਜਾ ਸਕਦੀ ਸੀ ਉਹ 35 ਦਿਨ ਬਾਅਦ ਕਿਉਂ ਕੀਤੀ ਗਈ ਮੈਨੂੰ ਇਸ ਦਾ ਜਵਾਬ ਨਹੀਂ ਸਮਝ ਆ ਰਿਹਾ। ਅਕਾਲ ਤਖ਼ਤ ਵੱਲੋਂ ਸ੍ਰੀ ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਅਵਤਾਰ ਸਿੰਘ ਮੱਕੜ ਵੀ ਮਿਲੇ ਹੈ ਪਰ ਸਮੱਸਿਆ ਇਹ ਹੈ ਜੀ ਇਹ ਮਸਲੇ ਨੂੰ ਇਸ ਲੈਵਲ ਤੇ ਦੂਜੀਆਂ ਪਾਰਟੀਆਂ ਵੱਲੋਂ ਚਮਕਾਇਆ ਜਾ ਰਿਹਾ ਹੈ। ਹੁਣ ਤੁਸੀਂ ਨੋਟ ਕਰੋ ਹੈਲੋ ਜੀ 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 ਕਹਿ ਸਕਦੇ ਨੋਟ ਵੇਖੋਗੇ ਵੀ ਆਲੇ ਦੁਆਲੇ ਜਿਹੜੇ ਆਲੇ ਦੁਆਲੇ चलो असी इस नूं मुद्दा इस वेले असी होर किसे वल नहीं ले जाना चाहते असी अपने दर्शकों नूं इहदे बारे भी कहांगे कि जरूर कहन तुहाडे विचार जिहड़े है कुदरती तौर ते तुसीं पार्टी का पक्ष भी रखना ते बिल्कुल मैं सारियां गल्लां असी दस चुके हाँ पर इस वेले मसला ये हैगा प्रायोरिटी हैगी है कि भाई गुरबख्श सिंह का वर्त जिहड़ा जिस मकसद लई रख्या ਉਹ ਵਰਤ ਭਾਵੇਂ ਪੰਜਾਬ ਦੀ ਜੇਲ੍ਹ 'ਚ ਹੈ ਭਾਵੇਂ ਪਾਕਿਸਤਾਨ ਦੀ ਜੇਲ੍ਹ 'ਚ ਹੈ ਭਾਵੇਂ ਅਮਰੀਕਾ ਦੀ ਜੇਲ੍ਹ 'ਚ ਹੈ ਅਕਾਲੀ ਦਲ ਦਾ ਫਰਜ਼ ਹੈ ਕਿ ਉਸ ਦੇ ਉੱਤੇ ਆਵਾਜ਼ ਚੁੱਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਇਜਾਜ਼ਤ ਅਸੀਂ ਜੇ ਇਜਾਜ਼ਤ ਦਿਓ ਤਾਂ ਹੋਰਾਂ ਦੇ ਵਿਚਾਰ ਵੀ ਲੈ ਲਈਏ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵਾਹਿਗੁਰੂ ਖਾਲਸਾ ਵਾਹਿਗੁਰੂ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਖਾਲਸਾ ਕੌਣ ਬੋਲ ਰਹੇ ਭਾਈ ਸਾਹਿਬ ਜੀ? ਮੈਂ ਹਰਜਿੰਦਰ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਜੀ ਹਾਂਜੀ ਹਰਜਿੰਦਰ ਸਿੰਘ ਜੀ ਹੁਕਮ ਕਰੋ ਲਵਲ ਸਾਹਿਬ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ 35 ਦਿਨ ਹੋ ਚੁੱਕੇ ਨੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਜੀ ਕੋਈ ਵੀ ਅਕਾਲੀ ਲੀਡਰ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਉੱਥ
ਜਾ ਰਹੀ ਹੈ ਮਤਲਬ ਕਿ ਇਹਨਾਂ ਦੇ ਵਰਖਲਾਫ ਹੋ ਰਹੀ ਹੈ ਤੇ ਇਹਨਾਂ ਨੇ ਹੁਣ ਆਪਣੀਆਂ ਰੋਟੀਆਂ ਨੂੰ ਸੇਖਣ ਮਾਰਿਆ ਆਪ ਖੁਦ ਦਿੱਤੇ ਦੇਖੋ ਅਸੀਂ ਮੇਰਾ ਖਿਆਲ ਹੈ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਅਸੀਂ ਦੋਸ਼ ਗਲਤ ਰਸਤੇ ਤੁਰ ਪਏ ਹਾਂ ਆਪਸ ਦੇ ਵਿੱਚ ਹੀ ਜਿਹੜਾ ਮਕਸਦ ਦੂਜਿਆਂ ਦਾ ਸੀ ਕਿ ਅਸੀਂ ਆਪਸ ਦੇ ਵਿੱਚ ਹੀ ਉਲਝ ਜਾਈਏ ਗੱਲ ਮੁੱਦਾ ਹੈ ਸਿੱਖ ਕੈਦੀ ਹਨ ਜਿਨ੍ਹਾਂ ਦੀ ਲੰਬੀ ਸਜ਼ਾ ਉਹਨਾਂ ਦੀ ਭਾਵੇਂ ਕਾਨੂੰਨੀ ਤੌਰ ਦੇ ਉੱਤੇ ਪੂਰੀ ਨਹੀਂ ਹੋਈ ਪਰ 20-20 ਸਾਲ ਦੇ ਜਿਹੜੇ ਬੰਦੇ ਬਗੈਰ ਪੈਰੋਲ ਦੇ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਮਨੁੱਖੀ ਅਧਿਕਾਰਾਂ ਦੀ ਵੀ ਇਹ ਮੰਗ ਹੈ ਔਰ ਇਸ ਕਰਕੇ ਇਸ ਦੇ ਲਈ ਦੇਰ ਆਇਦ ਦਰੁਸਤ ਆਇਦ ਅਗਰ ਦੇਰੀ ਨਾਲ ਵੀ ਇਹ ਸਟੈਪ ਚੁੱਕੇ ਜਾਂਦੇ ਆ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ ਇੱਕ ਮੇਰੀ ਗੱਲ ਹੋਰ ਮਾੜੀ ਜੀ ਜੀ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ 20-20 ਸਾਲ ਦੇ ਅੱਜ ਤੱਕ ਮਤਲਬ ਕਿ ਜਿਹੜੇ ਬਜ਼ੁਰਗ ਹੋ ਗਏ ਨਾ 94 ਸਾਲ ਦੇ ਬਜ਼ੁਰਗ ਹੋ ਗਏ ਇਹਨਾਂ ਗਵਰਨਮੈਂਟ ਨੂੰ ਪਤਾ ਨਹੀਂ ਹੈਗਾ ਕਿ ਉਹ ਜਿਹੜੇ ਸਿੱਖ ਲੀਡਰ ਮਨੇ ਸਿੱਖ ਭਾਈ ਸਾਹਿਬ ਨੇ ਅੰਦਰ ਬੈਠੇ ਨੇ ਬਿਲਕੁਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਦੂਸਰੇ ਪਾਸੇ ਦੱਸ ਰਿਹਾ ਕਾਨੂੰਨ ਜਿਹੜਾ ਹੈ ਉਹ ਸਾਰਾ ਕਹਿੰਦੇ ਹੈ ਕਿ ਉਹ ਅੰਨਾ ਹੁੰਦਾ ਹੈ ਅਤੇ ਹਿੰਦੁਸਤਾਨ ਵਿੱਚ ਲੰਗੜਾ ਵੀ ਹੈ ਇਹ ਵੀ ਗੱਲ ਸਹੀ ਹੈ ਹੁਣ ਜਿਹੜੇ ਨਾਜ਼ੀ ਜਿਨ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ 'ਚ ਤੁਸੀਂ ਹੈਰਾਨ ਹੋਵੋਗੇ 94 ਸਾਲ ਦੇ ਬੰਦੇ ਨੂੰ ਫੜ ਕੇ ਲਿਆਂਦਾ ਜਾ ਰਿਹਾ ਉਮਰ ਦੀ ਗੱਲ ਨਹੀਂ ਹੁੰਦੀ ਗੱਲ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਬਿਲਕੁਲ ਵੱਖਰੀ ਹੈ ਹਾਂ ਜਿਸ ਦੀ ਸਜ਼ਾ
हो चुकी है उन्हों माफ़ी देना जिहड़ा है वह सरकार दे अख्तियार विच है और वरत करनी चाहिए है। इसकी मंग जिहड़ी है बिल्कुल जायज़ है। बहुत बहुत धन्यवाद तुहाडा प्यारे दर्शको, बहुत ही अहम मुद्दे दे उत्ते तुहाडे विचार जरूरी हैं, पर बेनती है एक वक्फा लेना भी जरूरी है। सो एक वक्फे दे बाद हाज़र होने आ, तुसी जरूर सानू कॉल करो 516-825-0006 दे उत्ते और अपने विचार जरूर दर्ज कराओ। टैक्स प्रॉब्लम? नो प्रॉब्लम, कॉम्प्यूटेक्स आईएनसी आओ ते अपने टैक्सां दा मसला सुलझाओ। कॉम्प्यूटेक्स आईएनसी बिजनेस अते पर्सनल इनकम टैक्स, असी पेरोल एंड सर्टिफाइड पेरोल टैक्सेस, एमटीए टैक्सेस, वर्कर्स कंपनसेशन, बुककीपिंग आदि भी करते हाँ। कॉम्प्यूटेक्स आईएनसी हर वेले तुहाडी सेवा दे विच हाजिर है, 20 सालां दा तजर्बा। वी कवर ऑल 50 स्टेट्स, असी पंजाबी, उर्दू अते होर भी भाषा बोलते हाँ। वधेरी जानकारी लिए सानू कॉन्टैक्ट करो 718-371-5555, 718-426-5695। ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇਨਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਬਿੱਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-824-7227 ਅਤੇ 917-728-0049। अपना बाजार कैश एंड कैरी, द बिगेस्ट एंड द ओल्डेस्ट ग्रॉसरी स्टोर इन द टाउन। फॉर ऑल योर डेली ग्रॉसरीज, फ्रेश प्रोड्यूस, फ्रूट्स एंड वेजिटेबल्स, मोर देन 12,000 ग्रॉसरी आइटम्स एंड प्रोड्यूस्ड एट कॉम्पिटिटिव प्राइसेस। अपना बाजार कैश एंड कैरी। एम्पल फ्री पार्किंग, अपना बाजार, एडिसन, न्यू जर्सी। व्हाइट होल व्हीट आटा, फाइबर वाला। शेर व्हाइट होल व्हीट आटा, फाइबर वाला। हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद, और हार्ट डिजीज से आपको रखे सुरक्षित। शेर व्हाइट होल व्हीट आटा वाला। शेर आटा घर लाओ। ਰਾਜਾ ਕੁਆਲਿਟੀ ਸਵੀਟਸ ਐਂਡ ਸਨੈਕਸ, ਨਿਊਯਾਰਕ ਵਿੱਚ ਪਿਓਰ ਵੈਜੀਟੇਰੀਅਨ ਖਾਣਾ। ਦੇਸੀ ਘਿਓ ਦੀਆਂ ਮਠਾਈਆਂ,
स्नैक्स अते पूरी छोले दे बादशाह साडी पछाण खाने दे नाल नाल गाहकां दी पूरी तसल्ली है। असीं केटरिंग भी करते हां। साडी शॉप महाराजा स्वीट 73 ओवलिक 10 37th एवेन्यू जैक्सन हाइट्स विच है। और जानकारी दे लई कॉल कर सकते हो 718-505-2680। अंबा ज्वेलर्स 30 साल तो तुहाडा अपना परोसेमंद ज्वेलर। ब्याह होवे या त्योहार एथे तुहानु मिलेगी हर तरह दी डायमंड गोल्ड ते सिल्वर ज्वेलरी। नाल ही अवेलेबल हन 24 कैरेट गोल्ड क्वाइंस ते डिजाइनर गिफ्ट्स। हर तरह दी डिजाइनर ते ट्रेडिशनल ज्वेलरी ले विजिट करो अंबा ज्वेलर्स 3713 74th स्ट्रीट जैक्सन हाइट्स न्यूयॉर्क। फोन 718-639-2300। गट पंजाबी दे दानश्वर दर्शकां ते सुचेत स्रोता जिन्हां दा वक्फे दे बाद निघा स्वागत है। तुहाडे विचार लोड़ींदे हन, उन्हां दा स्वागत है जी आयां नूं। हैलो, हां जी, कौन बोल रहे? हां जी, सत श्री अकाल साहब, मैं बलजिंदर सिंह बोल रहा, सिरैक्यूज़ न्यूयॉर्क तों। जी भाई साहब बलजिंदर सिंह जी, हुक्म करो, की कहना चाहुंदे हो? हाँ जी लांबा साहब, वैसे तो तुसी अपना बहुत सोहना क्वेश्चन किया जिहड़ा तुसी अपने बादल अकाली दल स्पोक्समैन नूं किया, कि सारे सिख हिरदियां की तर्जमानी करता, तो उहदे विशे दे उत्ते तुसी काफ़ी उन्होंने सिख हिरदियां की तर्जमानी करते। मैं एक विशा होर तुहानूं लियाना चाहुंदा सी तुहाडे सामने, जिवें कि उन्हें पन्नू साहब ने जिहड़े नोबल लिटरेट हसीन साहब की स्टेटमेंट आई आ नरेंद्र मोदी के गुजरात के दिल्ली दंगियां के बारे में, उन्होंने डिफरेंशिएट करने की कोशिश की नरेंद्र मोदी डायरेक्टली इनवॉल्व सी ते ये बंदे इनवॉल्व नहीं सी उन्हां दंगियां दे विच, पर जे उन्हां दंगियां दे दोषियां नूं प्रोटेक्ट करन विच वी उन्ना ही दोष हुंदा वा जिन्ना के दंगे फैलाउण वालियां दा हुंदा वा। ते आपां जाणदे आ कि सज्जन कुमार टाइटलर नूं गद्दियां विच दित्तियां गईआं, ते हुणे हुणे जिहड़ियां चोणां होईआं वा उहदे सज्जन कुमार दे बेटे नूं जिहड़ी आ फिर टिकट दे दित्ती गई, ते इह इह दोष घट नहीं हो जांदे इह दंगा दे आपां दोषियां नूं जे सज़ा नहीं दिंदे ਤੇ ਉਹ ਦੰਗਾ ਨੂੰ ਹੋਰ ਹੋਰ ਉਤਸ਼ਾਹਿਤ ਕਰਦੇ ਦੰਗਾਕਾਰੀਆਂ ਨੂੰ। ਜੀ ਜੀ ਬਿਲਕੁਲ, ਇਸ ਤਰ੍ਹਾਂ ਦੋਵਾਂ ਦੋਵਾਂ ਦੰਗਿਆਂ ਦੇ ਵਿੱਚ ਫਰਕ ਨਹੀਂ ਆਪਾਂ ਨੂੰ ਸਮਝਣਾ ਚਾਹੀਦਾ। ਜੀ ਜੀ ਬਿਲਕੁਲ, ਅਗਰ ਕੋਈ ਕਿਸੇ ਕ੍ਰਾਈਮ ਦੇ ਉਹਦੇ ਇਨਸਾਫ ਦੇ ਹੋਣ ਵਿੱਚ ਰੁਕਾਵਟ ਪਾਉਂਦਾ ਹੈ ਜਾਂ ਉਹਦੀਆਂ ਗਵਾਹੀਆਂ 'ਚ ਰੁਕਾਵਟ ਪਾਉਂਦਾ ਹੈ ਜਾਂ ਉਹਦੀ ਐਵੀਡੈਂਸਿਸ ਪਾਉਂਦਾ ਹੈ, ਉਹ ਬਰਾਬਰ ਦਾ ਦੋਸ਼ੀ ਹੁੰਦਾ, ਉਹਨੂੰ ਸਜ਼ਾ ਮਿਲਦੀ ਹੈ, ਇਹਦੇ ਵਿੱਚ ਕੋਈ ਰਾਏ ਦੋ ਰਾਏ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ 'ਤੇ ਹੋ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ, ਤੁਸੀਂ ਹਾਂਜੀ ਟੀ ਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰਿਆ ਕਰੋ ਜੀ। ਹਾਂਜੀ ਲੰਬਾ ਜੀ, ਮੈਂ ਬੇਨਤੀ ਕਰਨੀ ਸੀ। ਹਾਂਜੀ ਗੁਪਟਾਲਾ ਸਾਹਿਬ, ਅਚਰਜੀਤ ਗੁਪਟਾਲਾ ਬੋਲ ਰਹੇ ਜੀ। ਹਾਂਜੀ ਤੁਸੀਂ ਨਾ ਆਵਾਜ਼ ਵਿੱਚ ਮੇਰੇ ਖਿਆਲ ਬੰਦ ਕਰ ਜਾਂਦੇ ਹੋ। ਹਾਂਜੀ ਹੁਕਮ ਕਰੋ। ਮੈਂ ਨਾ ਜਿਹੜੇ ਬਰਾੜ ਸਾਹਿਬ ਜੀ ਯੂਐਸਏ ਦੇ ਪ੍ਰਧਾਨ ਬੋਲ ਰਹੇ ਸਨ ਨਾ ਜੀ, ਜੀ ਜੀ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਉਹ ਬਾਦਲ ਸਾਹਿਬ ਨੂੰ ਇਹ ਕਹਿਣ ਵੀ ਜਿਹੜੇ ਮੁੱਖ ਮੰਤਰੀ ਨੇ ਦੂਜੇ ਸੂਬਿਆਂ ਦੇ, ਉਹਨਾਂ ਨੂੰ ਬਾਦਲ ਸਾਹਿਬ ਬੇਨਤੀ ਕਰਨ ਵੀ ਉਹਨਾਂ ਬੰਦਿਆਂ ਨੂੰ ਰਿਹਾਅ ਕਰਨ। ਜੀ 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 ਜੀ, ਜਿਵੇਂ ਗੁਜਰਾਤ ਦੇ ਕੇਸ ਵੀ ਹੈਗਾ, ਸਾਹਿਬ ਨਵਕਿਰਨ ਸਿੰਘ ਡਿਟੇਲ 'ਚ ਦੱਸ ਗਏ ਸਨ ਜੀ ਸਾਰੇ ਸੂਬਿਆਂ ਬਾਰੇ, ਅਤੇ ਇਸ ਕਰਕੇ ਬਰਾੜ ਸਾਹਿਬ ਬੇਨਤੀ ਹੈ ਵੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਨ ਜਾਂ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਰਨ, ਇੱਕ ਤੋਂ ਮਿਲਣ ਜਾ ਕੇ ਉਹਨਾਂ ਨੂੰ, ਜੀ ਜੀ ਠੀਕ ਹੈ, ਸਾਗਰ ਬਖਸ਼ ਨੂੰ ਮਿਲਣ ਜਾ ਕੇ, ਠੀਕ ਹੈ, ਦੂਜਾ ਵੀ ਉਹ ਮੁੱਖ ਮੰਤਰੀਆਂ ਨਾਲ ਨਾ ਵੀ ਆਪਸ ਦੀ ਗੱਲਬਾਤ ਕਰਨ, ਅਤੇ ਬੰਦੇ ਰਿਆਜ਼ ਕੋਲ ਇਹਦਾ ਬੜਾ ਮਸਲਾ ਨਹੀਂ, ਔਰ ਇਹਨੇ ਰੱਖ ਵੀ ਜਾਏਗਾ, ਚੋਣਾਂ ਵੀ ਆ ਰਹੀਆਂ, ਵੈਸੇ ਵੀ ਸਾਡਾ ਬਿਲਕੁਲ ਬਣਦਾ। ਔਰ ਜਿਹੜੀ ਤੁਹਾਡੀ ਆਵਾਜ਼ ਹੈ ਜਿਹੜੀ ਇੱਥੋਂ ਵੀ ਅਸੀਂ ਚੁੱਕੀ ਹੈ ਸਾਰੀ, ਔਰ ਸਾਰੇ ਦੁਨੀਆ ਤੋਂ ਜਿਹੜੀ ਆਵਾਜ਼ ਹੈ ਉਹ ਬਾਦਲ ਸਾਹਿਬ ਤੱਕ ਪਹੁੰਚੀ ਹੈ, ਔਰ ਸ਼ਾਇਦ ਉਸੇ ਕਰਕੇ ਹੀ ਉਹਨਾਂ ਨੇ ਹੁਣ ਸਿੱਧੇ ਤੌਰ ਦੇ ਉੱਤੇ ਉਹਨਾਂ ਜਿਹੜੀ ਸੁਸਾਇਟੀ ਹੈ ਜਾਂ ਜਿਹੜੇ ਉਹਨਾਂ ਦੇ ਬੰਦੀ ਸਿੰਘਾਂ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਮੀਦ ਕੀਤੀ ਜਾਂਦੀ ਹੈ ਕੋਈ ਨਾ ਕੋਈ ਸਾਰਥਕ ਹੱਲ ਵੀ ਨਿਕਲੇਗਾ। ਹੈਲੋ
ਲੰਬਾ ਸਾਹਿਬ ਵਜੇ ਖਾਲਸਾ ਵਜੇ ਫਤਿਹ ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ ਅਰਜ਼ ਕਰ ਰਿਹਾ ਜੀ ਜੀ ਬਖਸ਼ੀਸ਼ ਸਿੰਘ ਜੀ ਜੀ ਆਇਆਂ ਨੂੰ ਹੁਕਮ ਕਰ ਰਿਹਾ ਹੈ ਕਿ ਇਹਦੇ ਵਿੱਚ ਕੋਈ ਦੌਰ ਆਇਆ ਨਹੀਂ ਕਿ ਸਿੱਖ ਜਿੱਥੇ ਵੀ ਬੈਠਾ ਭਾਵੇਂ ਅਮਰੀਕਾ 'ਚ ਬੈਠਾ ਇੰਡੀਆ 'ਚ ਬੈਠਾ ਹੈਗਾ ਕਿਤੇ ਵੀ ਹੋਵੇ ਕਿ ਕੋਈ ਵੀ ਜਿੱਥੇ ਸਿੱਖ ਲੱਗਦਾ ਹੈਗਾ ਕੌਮ ਦਾ ਇਹ ਮਸਲਾ ਹੈ ਇਹ ਮਸਲਾ ਇਕੱਲੇ ਸਿੱਖ ਦਾ ਨਹੀਂ ਹੈਗਾ ਸੋ ਮੈਂ ਸਮਝਦਾ ਬਈ ਜਿੱਥੇ ਗਵਰਨਮੈਂਟ ਨੂੰ ਇਹਦੇ ਵਿੱਚ ਇੰਟਰਫੀਅਰ ਕਰਨਾ ਚਾਹੀਦਾ ਉਹਦੇ ਵਿੱਚ ਕਰਨਾ ਚਾਹੀਦਾ ਸੀ ਜਲਦੀ ਤੋਂ ਜਲਦੀ ਤੇ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਜਥੇਦਾਰ ਸਾਹਿਬ ਬੇਨਤੀ ਹੈ ਸਾਡੀ ਕਿ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਇਹ ਜਾ ਕੇ ਉਸ ਨੂੰ ਬੇਨਤੀ ਕਰਨ ਆਪਣਾ ਗੁਰਬਖਸ਼ ਸਿੰਘ ਨੂੰ ਤੇ ਉਹਨੂੰ ਕੋਨਫੀਡੈਂਸ ਚ ਲੈਣ ਉਹਨੂੰ ਭਰੋਸਾ ਦਵਾਉਣ ਕਿ ਵੀ ਜੇ ਇਹ ਜਿਹੜਾ ਮਸਲਾ ਤੁਸੀਂ ਉਠਾਇਆ ਇਹ ਕੌਮ ਦਾ ਮਸਲਾ ਸੀ ਜੋ ਅਸੀਂ ਇਹਦੇ ਬਾਰੇ ਜਲਦੀ ਤੋਂ ਜਲਦੀ ਵਿਚਾਰ ਕਰ ਰਹੇ ਹਾਂ ਬਾਦਲ ਸਾਹਿਬ ਨੇ ਵੈਸੇ ਵੀ ਇਹ ਗੱਲ ਨੋਟਿਸ ਚ ਲੈ ਲਈ ਹੈ ਬੜੀ ਅੱਛੀ ਗੱਲ ਹੈ ਪਰ ਬਹੁਤ ਦੇਰ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ 35 ਦਿਨ ਗੁਜ਼ਰ ਚੁੱਕੇ ਹੈ ਕੋਈ ਵੀ ਅੱਗੇ ਕੌਮ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਮੇਰੀ ਬੇਨਤੀ ਇਹ ਹੈਗੀ ਹੈ ਕਿ ਜਿੰਨੀ ਵੀ ਜਲਦੀ ਇਹਦੇ ਤੇ ਐਕਸ਼ਨ ਲਿਆ ਜਾਵੇ ਉਹ ਜ਼ਰੂਰੀ ਹੈਗਾ ਕਿ ਅੱਗੇ ਕੌਮ ਹੋਰ ਬੜਾ ਕੁਛ ਭੁਗਤ ਚੁੱਕੀ ਹੈ ਜਿਸ ਤਰ੍ਹਾਂ ਹਰ ਇੱਕ ਚਿੰਤਾ ਕਰ ਰਿਹਾ ਕਿ ਅਗਰ ਇਹ ਗੁਰਬਖਸ਼ ਸਿੰਘ ਨੂੰ ਕੋਈ ਗੱਲ ਹੋਈ ਤੇ ਕੀ ਪੰਜਾਬ ਦੇ ਵਿੱਚ ਹਾਲਾਤ ਕੀ ਹੋਣਗੇ ਠੀਕ ਇਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਇਕੱਠੇ ਹੋ ਕੇ ਸਾਰੇ 5 ਤਖ਼ਤਾਂ ਦੇ ਬੇਸ਼ੱਕ ਜਥੇਦਾਰ ਸਾਹਿਬ ਉਹਦੇ ਕੋਲ ਜਾਣ ਤੇ ਉਹਨੂੰ ਕੋਨਫੀਡੈਂਸ ਲੈਣ ਤੇ ਉਹਦਾ ਜੋ ਮਰਨ ਵਰਤਾ ਉਹਦੇ ਤੇ ਹੱਲ ਕੋਈ ਕੱਢਿਆ ਜਾਵੇ ਹਾਂਜੀ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਹੈ ਤੁਹਾਡੀ ਜਿਹੜੀ ਭਾਵਨਾ ਹੈ ਉਹੀ ਸਾਰੀ ਸ਼ਾਇਦ ਕੌਮ ਦੇ ਭਾਵਨਾ ਦੀ ਤੁਸੀਂ ਤਰਜਮਾਨੀ ਕਰ ਰਹੇ ਹੋ ਤੁਹਾਡੇ ਲਫ਼ਜ਼ਾਂ ਰਾਹੀਂ ਸਾਡੀ ਸਾਰਿਆਂ ਦੀ ਇਹੀ ਮੰਗ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ ਹੈਲੋ 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 ਜਦੋਂ ਤੁਸੀਂ ਫੋਨ ਕਰਦੇ ਹੋ ਕਿਰਪਾ ਕਰਕੇ ਲਾਈਨ ਟੀ ਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਤੁਹਾਡੀ ਆਵਾਜ਼ ਸਾਨੂੰ ਆਏ ਹੈਲੋ ਹਾਂਜੀ ਹੈਲੋ ਹਾਂਜੀ ਤੁਸੀਂ ਕਿੱਧਰ ਚਲੇ ਗਏ ਸੀ ਟੈਲੀਫੋਨ ਕਰਕੇ ਜੀ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਕੌਣ ਬੋਲ ਰਹੇ ਜੀ ਹਾਂਜੀ ਮੈਂ ਬਲਜੀਤ ਸਿੰਘ ਬੋਲ ਰਿਹਾ ਜੀ ਕੈਲੀਫੋਰਨੀਆ ਤੋਂ ਜੀ ਭਾਈ ਸਾਹਿਬ ਬਲਜੀਤ ਸਿੰਘ ਜੀ ਹੁਕਮ ਕਰੋ ਹਾਂਜੀ ਭਾਈ ਸਾਹਿਬ ਜੀ ਮੈਂ ਇਹ ਕਰਨਾ ਸੀ ਕਹਿਣਾ ਸੀ ਵੀ ਜਿਹੜਾ ਨਾ ਇਸ ਵਕਤ ਸਿਰਫ ਇੱਕ ਮਿੰਟ ਜੀ ਮੈਂ ਗੱਲ ਆਪਦੀ ਖਤਮ ਕਰ ਦੂੰਗਾ ਹਾਂਜੀ ਜਿਹੜਾ ਆਪਣਾ ਪ੍ਰਕਾਸ਼ ਸਿੰਘ ਬਾਦਲ ਆ ਨਾ ਇਹਨੇ ਹੁਣ ਤੱਕ ਕੋਈ ਐਸਾ ਮੌਕਾ ਨਹੀਂ ਹੈਗਾ ਜਿਹੜਾ ਕੋਈ ਕੌਮ ਦਾ ਨੁਕਸਾਨ ਕਰਨ ਵਾਲਾ ਜਿਹੜਾ ਇਹਨੇ ਜਾਣ ਦਿੱਤਾ ਹੋਵੇ ਜੀ ਤੇ ਦੂਸਰਾ ਇਹ ਆ ਵੀ ਇਸ ਤੋਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਹਾਂਜੀ ਉਹਨੂੰ ਕਹੋ ਉਹਨੂੰ ਸਾਰਾ ਪਤਾ ਹੈਗਾ ਜੋ ਹੋ ਰਿਹਾ ਨਾ ਉਹਦੇ ਤੋਂ ਉਹ ਇਹ ਨਹੀਂ ਹੈਗਾ ਵੀ ਅਣਜਾਣ ਹੈਗਾ ਜੀ ਤੇ ਹੁਣ ਤਾਂ ਕੌਮ ਨੂੰ ਇਕੱਠੇ ਹੋ ਕੇ ਨਾ ਸਾਰਾ ਇਸ ਨੂੰ ਜਿਹੜਾ ਜਥੇਦਾਰਾਂ ਵੀ ਵਾਰ ਵਾਰ ਇਹ ਅਪੀਲ ਕਰਦੇ ਹਾਂ ਇਹ ਤੋਂ ਵੀ ਆਪਾਂ ਸਾਰੇ ਜਾਣੂ ਹੈਗੇ ਆ ਵੀ ਹੁਣ ਜਥੇਦਾਰਾਂ ਨੂੰ ਕੌਣ ਅਪੁਆਇੰਟ ਕਰਦਾ ਤੇ ਉਹ ਕਿੱਥੋਂ ਗੋ ਥਰੂ ਹੋ ਕੇ ਸਾਰਾ ਕੁਛ ਹੁੰਦਾ ਜੀ ਤੇ ਇਹ ਤਾਂ ਸਿਰਫ ਅਵੇਅਰਨੈਸ ਹੈਗੀ ਉਹ ਕਾਫੀ ਲੋਕਾਂ ਵਿੱਚ ਤੁਹਾਡੇ ਜਿਹੜੇ ਵਿਚਾਰ ਹੈਗੇ ਆ ਤੁਹਾਡੀ ਭਾਵਨਾ ਜ਼ਾਹਿਰ ਹੋਈ ਹੈ ਪਰ ਇੱਕ ਗੱਲ ਬੜੀ ਸਪਸ਼ਟ ਹੈ ਇਹਨੂੰ ਸਮਝਣਾ ਪਏਗਾ ਦੋ ਪਾਰਟੀਆਂ ਇੱਕ ਕਾਂਗਰਸ ਹੈ ਇੱਕ ਭਾਰਤੀ ਜਨਤਾ ਪਾਰਟੀ ਹੈ ਇਹ ਦੋ ਮੁੱਖ ਪਾਰਟੀਆਂ ਅਤੇ ਜੇ ਪੁੱਛਿਆ ਜਾਏ ਜਿਵੇਂ ਬੱਕਰੇ ਨੂੰ ਝਟਕਾ ਚੰਗਾ ਹਲਾਲ ਉਹਦਾ ਜਵਾਬ ਹੋਏਗਾ ਹਰ ਦੋ ਲਾਨਤ ਲੈ ਦੇ ਕੇ ਕੋਈ ਵੀ ਮਸਲਾ ਹੋਏਗਾ ਭਾਵੇਂ ਕੁਛ ਵੀ ਹੋਏ ਜਿਸ ਤਰ੍ਹਾਂ ਦਾ ਵੀ ਅਕਾਲੀ ਦਲ ਹੈ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਸੰਸਥਾਵਾਂ ਕੋਲ ਹੀ ਜਾਣਾ ਪਏਗਾ ਤੁਸੀਂ ਕੋਈ ਉਹਨਾਂ ਕੋਲ ਨਹੀਂ ਚਲੇ ਜਾਵਾਂਗੇ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਸਾਡੇ ਮਸਲੇ ਧਾਰਮਿਕ ਮਸਲੇ ਨਹੀਂ ਹੱਲ ਕਰੇਗੀ ਇਹ ਗੱਲ ਵੀ ਮੱਦੇਨਜ਼ਰ ਰੱਖਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਹੈਲੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਜੀ ਕੌਣ ਬੋਲ ਰਹੇ ਜੀ ਮੈਂ ਜੀਤ ਸਿੰਘ ਬੋਲ ਰਿਹਾ ਜੀ ਸ਼ਿਕਾਗੋ ਤੋਂ ਜੀ ਭਾਈ ਸਾਹਿਬ ਅੱਜ ਦਾ ਮਸਲਾ ਬਹੁਤ ਦਰਦ ਭਰਿਆ ਤੇ ਭਿਆਨਕ ਮਸਲਾ ਹੈ ਜੀ ਜਿਹੜਾ ਕਿ ਕਿਹਾ ਨਹੀਂ ਜਾ ਸਕਦਾ ਜਿਵੇਂ ਕਿ ਗੁਰੂ ਸਾਹਿਬਾਂ ਦਾ ਫਰਮਾਨ ਹੈ ਲੂਣ ਹਰਾਮੀ ਗੁਣਾਗਾਰ ਲੂਣ ਹਰਾਮੀ ਮੁਖ ਤੇ ਮੰਦਾ ਇਹ ਜਿਹੜਾ ਦੋ ਮਤਲਬ ਬਾਦਲ ਪਰਿਵਾਰ ਹੈ ਦੋਨੋ ਪਿਓ ਪੁੱਤ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਇਹ ਸੂਬੇ ਦੇ ਲੰਬਰਦਾਰ ਹਨ ਸੂਬੇਦਾਰ ਹਨ ਇਹ ਜਿਹੜਾ ਕਿ ਜਿਹਨਾਂ ਹੁਣ ਸਾਰੇ ਪੰਜਾਬ ਦਾ ਇਹ ਲੂਣ ਖਾਂਦੇ ਨੇ ਉਸ ਘੱਟੋ ਘੱਟ ਲੂਣ ਦੀ ਤਾਜ ਰੱਖਣੀ ਚਾਹੀਦੀ ਹੈ ਜਿਵੇਂ ਕਿ ਕਿਸੇ ਨੇ ਲਿਖਿਆ ਸੀ ਇੱਕ ਧੋਈ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਜੀ ਅੱਜ ਇੱਕ ਪੰਜਾਬ ਦਾ ਪੁੱਤ ਰੋ ਰੋ ਕੇ ਵਿਲਕ ਵਿਲਕ ਕੇ ਤੜ ਤੜ ਕੇ ਬੋਲ ਰਿਹਾ ਕਿ ਭਾਈ ਮੇਰੀ ਆਵਾਜ਼ ਸੁਣੋ ਕੋਈ ਆਵਾਜ਼ ਸੁਣ ਲਵੇ ਕਿੱਥੇ ਕਿਹੜੀਆਂ ਕੰਦਰਾਂ 'ਚ ਛੁਪ ਗਏ ਸੋ ਬਹੁਤ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਤੁਹਾਡੇ ਵਿਚਾਰ ਬਾਕੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਵਾਬ ਮੈਂ ਦੇ ਚੁੱਕਾਂ ਰਹਿ ਗਈ ਗੱਲ ਜਿਹੜੀ ਤੁਸੀਂ ਅੰਮ੍ਰਿਤਾ ਪ੍ਰੀਤਮ ਦੀ ਉਸ ਦੀ ਗੱਲ ਕੀਤੀ ਕਰੋਈ ਸੀ ਧੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਵਹਿਣ
अज आखा वारिस शाह 1947 अमृता प्रीतम ने वारिस शाह आवाजा मारिया पर उसनू गुरु नानक साहब चेते नहीं आए जिन्होंने कहा कि जिन सिर सोहन पट्टियां मांगी पाए सदूर उदी गल नहीं की सी। बहुत बहुत धन्यवाद तुहाडा। एक प्रोग्राम होर लैके आवांगे पर तुसी अपने विचार जरूर दो lamba@getpunjabi.tv। उम्मीद है कल शायद इस दे उत्ते असी तुहाडे नाल कोई विस्तार सहित गलबात कर सकीए और शायद कोई तुहानू खबर भी दे सकीए। एक प्रोग्राम लैके मुड़ हाज़र आवांगे। बहुत बहुत धन्यवाद। वाहिगुरू जी का खालसा, वाहिगुरू जी की फतेह।